ਸਤਿ ਸ੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਤਖ਼ਤ ਪੰਜਾਬ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ। ਮੇਰੇ ਨਾਲ ਉੱਗੇ ਸਿਆਸੀ ਮਾਹਰ ਪ੍ਰੋਫੈਸਰ ਰਣ ਸਿੰਘ ਧਾਲੀਵਾਲ ਮੌਜੂਦ ਨੇ। ਅਸੀਂ ਹੁਣ ਤੱਕ ਦੀਆਂ ਜੋ ਕੇਂਦਰੀ ਸਿਆਸਤ ਦੇ ਵਿੱਚ ਹਲਚਲਾਂ ਚੱਲ ਰਹੀਆਂ ਉਹਦੇ ਉੱਤੇ ਚਰਚਾ ਕਰਾਂਗੇ। ਸਵਾਗਤ ਹੈ ਤੁਹਾਡਾ ਰਣ ਸਿੰਘ ਜੀ। ਮਿਹਰਬਾਨੀ ਜੀ, ਸਾਰੇ ਜੁੜੇ ਹੋਏ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ, ਸਤਿਕਾਰ ਸਾਹਿਬ। ਸਤਿ ਸ੍ਰੀ ਅਕਾਲ। ਐਨਡੀਏ ਗੱਠਜੋੜ ਦੇ ਵਿੱਚ ਨਿਤਿਸ਼ ਕੁਮਾਰ ਤੇ ਨਾਇਡੂ ਨੂੰ ਲੈ ਕੇ ਚਰਚਾਵਾਂ ਕਿ ਸ਼ਰਤਾਂ ਤਹਿਤ ਕੋਈ ਸਮਝੌਤਾ ਹੋ ਰਿਹਾ ਜਾਂ ਕੈਬਨਿਟ ਦੀ ਮੰਗ, UCC ਤੇ ਅਗਨੀਵੀਰ ਦੀ ਗੱਲ, ਗ੍ਰਹਿ ਮੰਤਰਾਲੇ ਦੀ ਮੰਗ, ਬਹੁਤ ਕੁਝ ਇਹੋ ਜਿਹੜਾ ਨਿਕਲ ਕੇ ਸਾਹਮਣੇ ਆ ਰਿਹਾ, ਉਸ ਚਰਚਾ ਨੂੰ ਵੀ ਅੱਗੇ ਵਧਾਵਾਂਗੇ। ਤੇ ਨਾਲ ਜਿਹੜਾ ਇੰਡੀਆ ਗੱਠਜੋੜ, ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਹੈ, ਮਲਲਿਕਾਰਜੁਨ ਖੜਗੇ ਸਾਹਿਬ ਨੇ, ਉਹਨਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਅਸੀਂ ਜਿਹੜਾ ਉਹ ਸਹੀ ਸਮੇਂ ਤੇ ਸਹੀ ਫੈਸਲਾ ਲਵਾਂਗੇ, ਹਾਲ ਦੀ ਘੜੀ ਸਰਕਾਰ ਬਣਾਉਣ ਵਾਲੇ ਪਾਸੇ ਅਸੀਂ ਨਹੀਂ ਜਾ ਰਹੇ। ਮਤਲਬ ਕਿ ਜਿਹੜੀ ਮੋਦੀ ਸਾਹਿਬ ਦੀ ਮਤਲਬ ਕਿ ਅਗਵਾਈ ਦੀ ਸਰਕਾਰ ਜਾਂ ਕਹਿ ਲਓ ਕਿ ਪ੍ਰਧਾਨ ਮੰਤਰੀ ਬਣਾਉਣ ਦੀ ਗੱਲ ਹੈ, ਉਹਨਾਂ ਨੇ ਉਸ ਪਾਸੇ ਵੱਲ ਨੂੰ ਗੇਮ ਸੁੱਟ ਦਿੱਤੀ ਹੈ ਕਿ ਹੁਣ ਉਹਨਾਂ ਨੂੰ ਵਿਹਨੇ ਆ ਕਿ ਉਹ ਕੀ ਕਰਦੇ ਨੇ। ਪਰ ਜਿਸ ਤਰੀਕੇ ਦੇ ਨਾਲ ਧਾਲੀਵਾਲ ਸਾਹਿਬ ਲਗਾਤਾਰ ਸ਼ਰਤਾਂ ਅੱਗੇ ਰੱਖੀਆਂ ਜਾ ਰਹੀਆਂ ਨੇ, ਇੱਕ ਤਾਂ ਨਾਇਡੂ ਸਾਹਿਬ ਨੇ ਜਿਹੜਾ ਝਟਕਾ ਦਿੱਤਾ ਹੈ ਕਿ ਮੈਂ ਬਾਹਰੋਂ ਸਮਰਥਨ ਕਰਾਂਗਾ, ਜੋ ਇਤਿਹਾਸ ਉਹਨਾਂ ਦੇ ਨਾਲ ਜੋ ਬੀਤਿਆ ਉਹ ਵੀ ਕਾਫੀ ਦਿਲਚਸਪ ਹੈ, ਨਿਤਿਸ਼ ਕੁਮਾਰ ਦੀ ਸਿਆਸਤ ਵੀ ਕਾਫੀ ਦਿਲਚਸਪ ਹੈ। ਇਹਦੇ ਵਿੱਚੋਂ ਨਾਗਪੁਰ ਤੋਂ ਵੀ ਕਹਿੰਦੇ ਕੁਝ ਖਬਰਾਂ ਇਹੋ ਜਿਹੀਆਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਕਿ ਮੋਦੀ ਤੇ ਅਮਿਤ ਸ਼ਾਹ ਹੋਰਾਂ ਨੂੰ BJP ਦੀ ਜਿਹੜੀ ਇੰਟਰਨਲ ਪੋਲਿਟਿਕਸ ਹੈ ਕਿ ਉੱਥੇ ਜਿਹੜੀ ਸਿਆਸਤ ਰਹੀ ਹੈ ਉਹ ਕੋਈ ਉਸ ਤਰੀਕੇ ਨਾਲ ਚੰਗਾ ਨਹੀਂ ਸਮਝ ਰਹੀ, ਉਹ ਨਹੀਂ ਚਾਹੁੰਦੇ ਕਿ ਇਹ ਮੁੜ ਤੋਂ ਸੱਤਾ ਦੇ ਉੱਤੇ ਕਾਬਜ਼ ਹੋਣ। ਇਹਨਾਂ ਨੂੰ ਅਸੀਂ ਹੁਣ ਕਿੰਨਾ ਕੁ ਸੱਚ ਮੰਨੀਏ? ਤੇ ਜਿਹੜਾ ਇਹ ਨਿਤਿਸ਼ ਕੁਮਾਰ ਤੇ ਨਾਇਡੂ ਸਾਹਿਬ ਦੀ ਹਮਾਇਤ ਲੈ ਕੇ ਸਰਕਾਰ ਚਲਾਉਣ ਦਾ ਤਜਰਬਾ ਆ, ਜਾਂ ਉਹ ਕਿਸੇ ਵੀ ਹੱਦ ਤੱਕ ਜੇ ਮੁਕੰਮਲ ਹੁੰਦਾ ਆ, ਉਹ ਕਿੰਨਾ ਕੁ ਸਫਲ ਹੋ ਸਕਦਾ? ਸੁਖਵਿੰਦਰ ਸਿੰਘ ਜੀ, ਜਿਹੜੀਆਂ ਘਟਨਾਵਾਂ ਕੱਲ ਤੇ ਅੱਜ ਜਾਂ ਪਰਸੋਂ ਸ਼ਾਮ ਤੋਂ ਸ਼ੁਰੂ ਹੋਈਆਂ ਨੇ, ਜਦੋਂ ਆਪਾਂ ਉਹਨਾਂ ਦੇ ਸਾਰੇ ਸੰਕੇਤ ਇਕੱਠੇ ਕਰਕੇ ਪੜ੍ਹਨ ਦੀ ਕੋਸ਼ਿਸ਼ ਕਰਦੇ ਹਾਂ ਤਾਂ ਉਹਦੇ ਵਿੱਚੋਂ ਇੱਕ ਅਰਥ ਜ਼ਰੂਰ ਨਿਕਲਦਾ ਹੈ ਕਿ ਸਭ ਕੁਛ ਠੀਕ ਨਹੀਂ ਹੈ। ਪਹਿਲੀ ਪਰਿਭਾਸ਼ਾ ਤਾਂ ਇਹ ਹੈ ਕਿ ਸਭ ਕੁਛ ਠੀਕ ਨਹੀਂ ਹੈ। ਕਿਉਂ? ਜਿਸ ਕਿਸਮ ਨਾਲ ਪਹਿਲੀ ਸ਼ਾਮ ਨੂੰ ਮੋਦੀ ਜੀ ਨੇ, ਨੱਡਾ ਸਾਹਿਬ ਨੇ ਆਪਣੇ ਉਹ ਐਲਾਨ ਕੀਤਾ ਜਿੱਤ ਦਾ, ਜੋ ਪਰਿਭਾਸ਼ਾ ਉੱਥੇ ਸ਼ਬਦਾਵਲੀ ਵਰਤੀ ਗਈ, ਉਹਦੇ ਵਿੱਚੋਂ ਮੈਨੂੰ ਇਹ ਲੱਗਦਾ ਹੈ ਕਿ ਉਹਨਾਂ ਨੇ ਇਹ ਇੰਪ੍ਰੈਸ਼ਨ ਦੇਣ ਦੀ ਕੋਸ਼ਿਸ਼ ਕੀਤੀ ਕਿ BJP 'ਚ ਸਾਡੀ ਪਹਿਲਾਂ ਵਾਂਗੂ ਚੜ੍ਹਤਾ ਹੈ ਅਤੇ ਇਹ ਜਿੱਤ ਹੋਈ ਹੈ ਸਾਡੀ, ਇਸ ਕਰਕੇ ਇਹ ਜਿੱਤ ਨੂੰ ਸੈਲੀਬ੍ਰੇਟ ਕੀਤਾ ਜਾਵੇ, ਤਾਂ ਕਿ BJP ਦੇ ਆਮ ਵਰਕਰ ਨੂੰ ਇਹ ਲੱਗੇ ਕਿ ਅੰਦਰ ਖਾਤੇ ਕੋਈ ਹਾਏ ਹਿਲਚੁਲ ਨਹੀਂ ਹੈ, ਸਭ ਕੁਛ ਠੀਕ ਠਾਕ ਹੈ, ਮਤਲਬ ਉਹ ਗੱਲ ਬਾਹਰ ਨਾ ਆਵੇ ਵਰਕਰਾਂ ਤੱਕ, ਤੇ ਹਾਲੇ ਤੱਕ ਉਹਨੂੰ ਢੱਕ ਕੇ ਵੀ ਰੱਖਿਆ ਹੋਇਆ। ਪਰੰਤੂ ਉਹਦੇ ਵਿੱਚ ਬੜੇ ਸੰਕੇਤ ਕਮਾਲ ਦੇ ਇਹ ਆਏ ਨੇ ਕਿ ਮੈਂ ਸਾਰੇ ਅਖਬਾਰ, ਜਿੰਨੀ ਕੁ ਮੇਰੀ ਪਹੁੰਚ ਹੈ ਜਾਂ ਮੀਡੀਆ, ਇਲੈਕਟ੍ਰੋਨਿਕ ਮੀਡੀਆ ਤੇ, ਕਿਸੇ ਵੱਡੇ ਨੇਤਾ ਵੱਲੋਂ BJP ਦੇ ਵੱਲੋਂ ਸਵਾਏ ਉਹਨਾਂ ਦੇ ਉਹ ਜਿਹੜੇ ਦੋ ਸਿਪਾਹ ਸਲਾਰ ਨੇ ਵੱਡੇ, ਉਹਨਾਂ ਤੋਂ ਨਾ ਤਾਂ ਕੋਈ ਮੋਦੀ ਦਾ ਬਹੁਤ ਪ੍ਰਸ਼ੰਸਾ ਕੀਤੀ ਗਈ ਹੈ ਕਿ ਜੀ ਮੋਦੀ ਜੀ ਨੇ ਕਮਾਲ ਕਰਤਾ, ਮੋਦੀ ਜੀ ਨੇ ਤੀਸਰੀ ਵਾਰ ਦਾ ਇਤਿਹਾਸ ਰਚਣ ਜਾ ਰਹੇ ਨੇ, ਤੇ ਨਾ ਹੀ ਕਿਸੇ BJP ਦੇ ਵੱਡੇ ਨੇਤਾ ਵੱਲੋਂ ਇਸ ਤਰ੍ਹਾਂ ਦਾ ਸਵਾਲ ਉਠਾਇਆ ਗਿਆ ਹੈ ਕਿ ਹਾਰ ਦੀ ਜ਼ਿੰਮੇਵਾਰੀ ਮੋਦੀ ਜੀ ਲੈਣ। ਇਹਦਾ ਅਰਥ ਮੈਂ ਕੀ ਲੈਣਾ ਕਿ ਵਿੱਚੋਂ ਵਿੱਚ ਗੱਲ ਕੁਛ ਚੱਲ ਰਹੀ ਹੈ, ਪਰ ਦੋਨੇ ਧਿਰਾਂ
ਬਹੁਤ ਸਿਆਣਪ ਨਾਲ ਚੱਲ ਰਹੀਆਂ ਨੇ ਜਿਹੜੀਆਂ ਬਾਹਰ ਨਹੀਂ ਆਉਣ ਦੇ ਰਹੀਆਂ ਹਨ। ਸੋ ਇਸ ਕਰਕੇ ਇਹਦੇ ਵਿੱਚ ਇਹ ਜ਼ਰੂਰ ਲੱਗ ਰਿਹਾ ਜਿਸ ਕਿਸਮ ਨਾਲ ਪਹਿਲਾਂ ਨੱਡਾ ਸਾਹਿਬ ਨੇ ਇੱਕ ਬਿਆਨ ਸੰਘ ਦੇ ਖਿਲਾਫ ਦਿੱਤਾ ਕਿ ਹੁਣ ਮੋਦੀ ਜੀ ਨੂੰ ਸੰਘ ਦੀ ਲੋੜ ਨਹੀਂ ਜਾਂ ਮੋਦੀ ਜੀ ਮੰਦਰ ਚਲੇ ਗਏ, ਇਸ ਦੇ ਵਿੱਚ ਮੈਨੂੰ ਇਹ ਲੱਗਦਾ ਹੈ ਕਿ ਜਿਸ ਕਿਸਮ ਦਾ ਧਰਮ ਦਾ ਸਹਾਰਾ ਮੋਦੀ ਜੀ ਨੇ ਲਿਆ, ਮਾਫ ਕਰਨਾ ਕਿਉਂਕਿ ਆਪਾਂ ਪੰਜਾਬ ਚ ਆ, ਮੈਂ ਪੰਜਾਬ ਦੀ ਗੱਲ ਲਾਉਂਗਾ, ਜਿਵੇਂ ਸਾਡੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਇੱਕ ਜਮਾਨੇ ਇੱਕ ਸਮੇਂ ਇਹ ਕਹਿ ਬੈਠੇ ਸੀ ਨਾ ਕਿ ਜਿਹਨੇ ਪੰਥ ਨਾਲ ਧਰੋਹ ਕੀਤਾ ਮੈਂ ਤਾਂ ਕਹਿਣਾ ਉਹਦਾ ਕੱਖ ਨਾ ਰਹੇ, ਤੇ ਲੋਕਾਂ ਨੇ ਇਹਦਾ ਹੁਣ ਅਰਥ ਕੱਢ ਲਿਆ ਸਾਰਿਆਂ ਨੇ ਕਿ ਜੀ ਤੁਸੀਂ ਆਪੇ ਕਿਹਾ ਸੀ ਪਰਮਾਤਮਾ ਕਰਦਾ। ਇਸ ਤਰ੍ਹਾਂ ਹੀ ਮੋਦੀ ਜੀ ਨੇ ਧਰਮ ਦੇ ਨਾਲ, ਪ੍ਰਭੂ ਦੇ ਨਾਲ, ਰਾਮ ਦੇ ਨਾਲ, ਭਗਵਾਨ ਦੇ ਨਾਲ ਜਿਹੜਾ ਛਲ ਕੀਤਾ ਨਾ, ਕਿਤੇ ਨਾ ਕਿਤੇ ਇਸ ਨੇ ਰਿਫਲੈਕਟ ਕਰਨਾ ਸੀ। ਔਰ ਮੈਨੂੰ ਲੱਗਦਾ ਕਿ ਇਹ ਰਿਫਲੈਕਟ ਕਰ ਗਿਆ ਜਿਹਨੂੰ ਇਹ ਧਰਮ, ਕਿਉਂਕਿ ਜਿਹੜੀ ਜਿਸ ਕਿਸਮ ਨਾਲ ਮੰਦਰ ਦਾ ਉਹ ਪ੍ਰਤਿਸ਼ਠਾ ਵਾਲਾ ਸਮਾਗਮ ਕੀਤਾ ਨਾ, ਉਹਦੇ ਵਿੱਚ ਜਿਸ ਕਿਸਮ ਨਾਲ ਧਾਰਮਿਕ ਲੋਕਾਂ ਨੇ, ਜਿਹੜੇ ਧਾਰਮਿਕ ਨੇਤਾ ਸੀ ਉਹਨਾਂ ਨੇ ਉਹ ਤੋਂ ਦੂਰੀ ਬਣਾ ਕੇ ਰੱਖੀ, ਪਰੰਤੂ ਉਹ ਦੂਰੀ ਬਣਾਉਣ ਦੇ ਬਾਵਜੂਦ ਮੋਦੀ ਜੀ ਨੇ ਸਾਰਾ ਆਪਣੇ ਹੱਥ 'ਚ ਲੈ ਲਿਆ ਸਾਰਾ ਕੁਛ, ਤੇ ਹਿੰਦੂ ਰਹੁ ਰੀਤਾਂ ਦੇ ਧਾਰਮਿਕ ਨੇਤਾਵਾਂ ਨੇ ਜਾਂ ਜਿਹੜੇ ਸਮਰਥਾਵਾਨ ਵਿਅਕਤੀ ਸੀ ਕਿ ਇਹ ਰਹੁ ਰੀਤਾਂ ਕਿੱਦਾਂ ਹੁੰਦੀਆਂ ਨੇ, ਜਿਹੜੀ ਉਹਨਾਂ ਨੇ ਉਹ ਆਲੋਚਨਾ ਕੀਤੀ ਕਿ ਇਹਦੀ ਸਜ਼ਾ ਜ਼ਰੂਰ ਮਿਲੇਗੀ, ਇਹ ਧਰਮਿਕ ਰਵਾਇਤਾਂ ਨਾਲ ਖਿਲਵਾੜ ਕਰ ਰਹੇ ਹੋ ਤੁਸੀਂ, ਏਦਾਂ ਪ੍ਰਤਿਸ਼ਠਾ ਸਮਾਗਮ ਨਹੀਂ ਹੁੰਦੇ ਜਿੱਦਾਂ ਤੁਸੀਂ ਕਰ ਰਹੇ ਹੋ। ਹਰ ਧਰਮ ਦੀਆਂ ਆਪਣੀਆਂ ਰਵਾਇਤਾਂ ਹੁੰਦੀਆਂ ਨੇ, ਉਹਨਾਂ ਦੀਆਂ ਵੀ ਕੋਈ ਰਵਾਇਤਾਂ ਸੀ, ਤੇ ਉਸ ਸਮੇਂ ਉਹ ਰਵਾਇਤਾਂ ਦੀ ਪਰਵਾਹ ਨਹੀਂ ਕੀਤੀ ਗਈ। ਸੋ ਇਸ ਕਰਕੇ ਮੈਨੂੰ ਇਹ ਲੱਗ ਰਿਹਾ ਹੈ ਕਿ ਜਿਹੜਾ ਟੋਟਲ ਹਿੰਦੂ ਸਮਾਜ ਸੀ ਇਹਦੇ ਵਿੱਚ ਪਿਛਲੇ ਦਿਨਾਂ ਤੋਂ ਤੁਸੀਂ ਦੇਖਿਆ ਹੋ ਗਿਆ, ਭਾਵੇਂ ਮੋਦੀ ਦੀ ਸਰਕਾਰ ਬਣਨ ਜਾ ਰਹੀ ਹੈ ਲੱਗਦਾ, ਪਰੰਤੂ ਕੋਈ ਵੋਟਰਾਂ ਦੇ ਵਿੱਚ, ਪਾਰਟੀ ਦੇ ਕਾਡਰ ਦੇ ਵਿੱਚ ਕਿਤੇ ਉਤਸ਼ਾਹ ਦਿਖਾਈ ਨਹੀਂ ਦੇ ਰਿਹਾ ਕਿ ਦੇਖੋ ਜੀ ਸਾਡੀ ਸਰਕਾਰ ਤੀਜੀ ਵਾਰ ਬਣਨ ਜਾ ਰਹੀ ਹੈ। ਇਹ ਆਪਦੇ ਆਪ 'ਚ ਇੱਕ ਸੰਕੇਤ ਹੈ ਕਿ ਇਹ ਬਿਆਨ ਦੇਣ ਤੋਂ ਉਹਨਾਂ ਨੂੰ ਕਿਹਨੇ ਰੋਕਿਆ। ਇਹਦੇ ਉਲਟ ਪਾਸੇ ਆਪਾਂ ਦੇਖਦੇ ਹਾਂ ਜਦੋਂ ਸਿਆਸਤ ਲੜੀ ਦੀ ਏਦਾਂ, ਅੱਛਾ ਇਹ ਜਿਹੜੀ ਵਿਰੋਧੀਆਂ ਦੀ ਸਿਆਸਤ ਬਾਹਰ ਵੀ ਨਹੀਂ ਆਈ, ਜਿਵੇਂ ਨਿਤੀਸ਼ ਕੁਮਾਰ ਦੀ ਸਿਆਸਤ ਬਾਹਰ ਆ ਗਈ। ਬਾਹਰ ਕਿਵੇਂ ਆਈ, ਹੁਣ ਆਪਾਂ ਨਿਤੀਸ਼ ਜੀ ਦੀ ਗੱਲ ਕਰੀਏ, ਕਿ ਇਹਦੇ ਬਾਰੇ ਲੰਬੀ ਗੱਲ ਨਹੀਂ ਆਪਾਂ ਕਰਦੇ। ਨਿਤੀਸ਼ ਨਾਲ ਪਹਿਲਾਂ ਵੀ ਇਹਨਾਂ ਦੇ ਮਤਭੇਦ ਰਹੇ। ਨਿਤੀਸ਼ ਨੇ ਜਾਤੀ ਜਨਗਣਨਾ ਦਾ ਇਨੀਸ਼ੀਏਟਿਵ ਲਿਆ, ਸਭ ਤੋਂ ਪਹਿਲਾਂ ਉਹ ਚੀਜ਼ ਸਟਾਰਟ ਕੀਤੀ। ਮੋਦੀ ਜੀ ਹੁਣੀ ਜਾਂ ਭਾਰਤੀ ਜਨਤਾ ਪਾਰਟੀ ਨੇ ਉਹਦਾ ਡਟ ਕੇ ਵਿਰੋਧ ਕੀਤਾ। ਹੁਣ ਉਸ ਸਮੇਂ ਨਿਤੀਸ਼ ਜੀ ਕਿਉਂ ਭਾਰਤੀ ਜਨਤਾ ਨਾਲ ਚਲੇ ਗਏ, ਇਹ ਅੱਜ ਤੱਕ ਰਹੱਸ ਹੈ। ਅੰਦਾਜ਼ੇ ਅਸੀਂ ਸਾਰਿਆਂ ਨੇ ਲਾਏ ਨੇ ਵੀ ਜਾਂ ਉਹਨੂੰ ਡਰਾ ਲਿਆ ਹੋਏਗਾ ਜਾਂ ਧਮਕਾ ਲਿਆ ਹੋਏਗਾ, ਹੁਣ ਇਹ ਲੱਗਦਾ ਜਾਂ ਉਹਨਾਂ ਦੀ ਚਾਲ ਹੋਏਗੀ, ਹੁਣ ਇਹ ਵੀ ਇੰਟਰਪ੍ਰੀਟੇਸ਼ਨ ਕੱਢੀ ਜਾ ਰਹੀ ਹੈ। ਪਰੰਤੂ ਉਹ ਉਹਨਾਂ ਨਾਲ ਚਲੇ ਗਏ ਜਿਵੇਂ ਕਿਵੇਂ, ਪਰੰਤੂ ਜਿਸ ਕਿਸਮ ਨਾਲ ਜਾਣ ਤੋਂ ਬਾਅਦ, ਮੈਨੂੰ ਯਾਦ ਹੈ ਸ਼ਾਇਦ ਤੁਹਾਨੂੰ ਇਹ ਚੀਜ਼ ਦਾ ਸਮਰਨ ਹੋਵੇ ਕਿ ਜਦੋਂ 14 ਚ ਇਲੈਕਸ਼ਨ ਹੋਈ ਤਾਂ ਨਿਤੀਸ਼ ਕੁਮਾਰ ਨੇ ਕਿਹਾ ਸੀ ਕਿ ਬਿਹਾਰ ਵਿੱਚ ਮੋਦੀ ਕੰਪੇਨ ਤੇ ਨਹੀਂ ਆਉਣਗੇ, ਸ਼ਰਤ ਲਗਾਈ ਸੀ, ਗੱਠਜੋੜ ਸੀ। ਫਿਰ ਉਹਨਾਂ ਨੇ ਇਹ ਕਿਹਾ ਕਿ ਮੈਂ ਕੋਈ ਵੀ ਮੰਚ ਸਾਂਝਾ ਨਹੀਂ ਕਰੂੰਗਾ ਮੋਦੀ ਨਾਲ। ਇਸ ਕਰਕੇ ਸ਼ੁਰੂ ਤੋਂ ਨਿਤੀਸ਼ ਨਾਲ ਮੋਦੀ ਦੇ ਸੰਬੰਧ ਕੋਈ ਸੁਖਾਵੇਂ ਨਹੀਂ ਹੈਗੇ। ਫਿਰ 19 ਦੇ ਵਿੱਚ
ਸਰਕਾਰ ਬਣੀ ਜਦੋਂ ਉਹਨਾਂ ਨੇ ਇੱਕ ਮਿਨਿਸਟਰੀ ਆਫਰ ਕੀਤੀ ਜਨਤਾ ਦਲ ਯੂਨਾਈਟਡ ਨੂੰ ਤਾਂ ਨਿਤੀਸ਼ ਨੇ ਕਿਹਾ ਮੈਨੂੰ ਇਹ ਵੀ ਨਹੀਂ ਚਾਹੀਦੀ, ਜਾਂ ਤਾਂ ਮੈਨੂੰ ਪ੍ਰਪੋਰਸ਼ਨੇਟਲੀ ਜਿੰਨੇ ਬਿਹਾਰ ਚ ਤੁਹਾਡੇ ਮੰਤਰੀ ਹੋਣਗੇ ਓਨੇ ਮੰਤਰੀ ਮੇਰੇ ਹੋਣਗੇ, ਜਾਂ ਤਾਂ ਮੈਨੂੰ ਏਦਾਂ ਦਿਓ, ਨਹੀਂ ਮੈਂ ਇਹ ਸਮਾਗਮ ਨਹੀਂ ਕਰਾਂਗਾ। ਇਸ ਤੋਂ ਵੀ ਅੱਗੇ ਜਿਸ ਕਿਸਮ ਨਾਲ ਛੋਟੇ ਪਾਸਵਾਨ ਨੇ ਆਪਣੇ ਆਪ ਨੂੰ ਹਨੂੰਮਾਨ ਕਿਹਾ ਤੇ ਉਹ ਇਲੈਕਸ਼ਨ ਲੜ ਕੇ ਨਿਤੀਸ਼ ਦਾ ਨੁਕਸਾਨ ਕੀਤਾ, ਸਿਆਸਤ ਦੇ ਵਿੱਚ ਇਹ ਗੱਲਾਂ ਭੁੱਲਦਾ ਕੋਈ ਨਹੀਂ, ਪਰ ਸਿਆਸਤ ਜਿਹੜਾ ਖੇਡ ਹੈ ਇਹ ਮੌਕਿਆਂ ਦਾ ਤੇ ਸੰਭਾਵਨਾਵਾਂ ਦਾ ਹੈ। ਇੱਥੇ ਹਰ ਇੱਕ ਜਿਹੜਾ ਸਿਆਣਾ ਸਿਆਸਤਦਾਨ ਹੈ ਉਹ ਸਮਝਦਾ ਹੈ ਕਿ ਮੇਰੀ ਸੀਮਾ ਕੀ ਹੈ ਤੇ ਮੇਰੀ ਬਾਰਗੇਨਿੰਗ ਦੀ ਲਿਮਿਟ ਕੀ ਹੈ ਤੇ ਬਾਰਗੇਨਿੰਗ ਦੀ ਤਾਕਤ ਕੀ ਹੈ। ਇਸ ਦੇ ਵਿੱਚ ਨਿਤੀਸ਼ ਕੁਮਾਰ ਜੀ ਮਾਹਰ ਨੇ, ਇਹਦੇ ਵਿੱਚ ਬਿਲਕੁਲ ਮੰਨਣਾ ਪਊਗਾ। ਹਾਂ, ਇਸ ਦੇ ਨਾਲ ਇੱਕ ਚੀਜ਼ ਜਿਹੜੀ ਹੋਰ ਇੰਟਰਪ੍ਰੇਟ ਹੋ ਰਹੀ ਹੈ ਉਹ ਇਹ ਕਿ ਜਿਸ ਕਿਸਮ ਨਾਲ ਨਿਤੀਸ਼ ਕੁਮਾਰ ਇਹਦੇ ਕੋਆਰਡੀਨੇਟਰ ਸੰਯੋਜਕ ਬਣਦੇ ਬਣਦੇ ਇੰਡੀਆ ਅਲਾਇੰਸ ਦੇ ਇੱਕਦਮ ਛਲਾਂਗ ਮਾਰ ਕੇ ਦੂਜੇ ਪਾਸੇ ਚਲੇ ਗਏ, ਉਸ ਦੇ ਖਿਲਾਫ ਲਾਲੂ ਜੀ ਜਾਂ ਤੇਜਸਵੀ ਤੇ ਜੋ ਤਿੱਖੇ ਰਿਐਕਸ਼ਨ ਆਉਣੇ ਸੀ ਉਹ ਨਹੀਂ ਆਏ। ਇਹ ਗੱਲ ਹਾਲੇ ਤੱਕ ਕਿਸੇ ਦੇ ਹਜ਼ਮ ਨਹੀਂ ਹੋ ਰਹੀ। ਉਹ ਉਦੋਂ ਤੋਂ ਹੀ ਉਹਨਾਂ ਨੇ ਬੜੀ ਪਾਲਿਸੀ ਰੱਖੀ ਹੋਈ ਹੈ ਬਈ ਨਹੀਂ ਨਹੀਂ ਮੇਰੇ ਤੋਂ ਚਾਚਾ ਹੈ ਉਹ ਬੜੇ ਹੈ ਮੈਂ ਸਨਮਾਨ ਕਰਤਾ ਉਨਕਾ, ਮਤਲਬ ਕੋਈ ਡੈਰੋਗੇਟਰੀ ਰਿਮਾਰਕਸ ਇਸ ਕਿਸਮ ਦੇ ਜਿੱਦਾਂ ਪੋਲੀਟਿਕਸ ਚ ਆਉਂਦੇ ਹੁੰਦੇ ਨੇ, ਜਿੱਦਾਂ ਸ਼ਿਵ ਸੈਨਾ ਦੇ ਦੋਨੇ ਧੜਿਆਂ ਦੇ ਆਪਸ ਮੇਂ ਆਏ ਨੇ ਪਿਛਲੇ ਸਮੇਂ ਚ, ਮਤਲਬ ਇਸ ਤਰ੍ਹਾਂ ਇਹਨਾਂ ਦੇ ਰਿਮਾਰਕਸ ਨਹੀਂ ਆਏ ਤੇ ਉਹ ਕੜੱਤਣ ਇਹਨਾਂ ਦੀ ਨਹੀਂ ਵਧੀ। ਸੋ ਨਿਤੀਸ਼ ਜੀ ਨੇ ਆਪਣੀ ਸਿਆਸਤ ਦਾ ਪਹਿਲਾ ਤੁਣਕਾ ਵਜਾਇਆ ਜਦੋਂ ਉਹ ਇਹ ਕਿ ਜਿਹੜਾ ਇੱਕ ਜਹਾਜ਼ ਚ ਆਉਣਾ, ਫਿਰ ਉਹ ਜਹਾਜ਼ ਚ ਉੱਠ ਕੇ ਦੋਨਾਂ ਦਾ ਇਕੱਠੇ ਸੀਟ ਤੇ ਬੈਠਣਾ ਤੇ ਫਿਰ ਤੇਜਸਵੀ ਦਾ ਬਿਆਨ ਦੇਣਾ ਏਅਰਪੋਰਟ ਤੇ ਜਾ ਕੇ, ਤੇ ਨਿਤੀਸ਼ ਜੀ ਨੇ ਕੁਛ ਵੀ ਨਹੀਂ ਬੋਲਣਾ ਹਾਲੇ ਤੱਕ। ਸਿਆਸਤ ਦੇ ਵਿੱਚ ਜਦੋਂ ਤੁਸੀਂ ਚੁੱਪ ਰਹੇ ਹੋ ਨਾ, ਉਹ ਚੁੱਪ ਦੇ ਵੀ ਅਰਥ ਹੁੰਦੇ ਨੇ, ਜੇ ਬੋਲਦੇ ਹੋ ਉਹਦੇ ਵੀ ਅਰਥ ਹੁੰਦੇ ਨੇ। ਤੇ ਇਹਦੇ ਵਿੱਚ ਹੁਣ ਜਿਹੜੇ ਇਹ ਆਪਾਂ ਥੋੜੀ ਜਿਹੀ ਗੱਲ ਕਰੀਏ ਨਾਇਡੂ ਦੀ, ਜਿਹੜੇ ਇਹਨਾਂ ਦੇ ਮੇਜਰ ਮਤਭੇਦ ਨੇ, ਮੇਜਰ ਸਭ ਤੋਂ ਵੱਡਾ ਮਤਭੇਦ ਇਹ ਹੈ, ਨਿਤੀਸ਼ ਜਾਤੀ ਗਣਨਾ ਦੀ ਗੱਲ ਕਰਦਾ ਹੈ ਕਿ ਵੱਖ ਵੱਖ ਜਾਤੀਆਂ ਦੀ ਵੱਖ ਵੱਖ ਤਰ੍ਹਾਂ ਨਾਲ ਗਿਣਤੀ ਕਰਕੇ ਉਹਨਾਂ ਦੀ ਭਾਗੀਦਾਰੀ ਨਿਸ਼ਚਿਤ ਕੀਤੀ ਜਾਵੇ ਐਡਮਿਨਿਸਟ੍ਰੇਸ਼ਨ ਚ, ਨੌਕਰੀਆਂ ਚ, ਆਰਥਿਕ ਮਾਮਲਿਆਂ ਚ, ਸਿਆਸਤ ਚ। ਜਿਹੜੀ ਬੀਜੇਪੀ ਨੂੰ ਨਹੀਂ ਖਟਕਦੀ, ਕਿਉਂ ਖਟਕਦੀ ਕਿਉਂ ਨਹੀਂ, ਕਿਉਂਕਿ ਬੀਜੇਪੀ ਚਾਹੁੰਦੀ ਹੈ ਕਿ ਡਿਵੀਜ਼ਨ ਹੈ ਜਿਹੜੀ ਉਹ ਧਰਮ ਦੇ ਨਾਂ ਤੇ ਹੋਵੇ। ਅਪੋਜੀਸ਼ਨ ਨੇ, ਇੰਡੀਆ ਅਲਾਇੰਸ ਨੇ ਉਹਦਾ ਤੋੜ ਇਹ ਲੱਭਿਆ ਸੀ, ਜਿਹਦੇ ਵਿੱਚ ਇਨੀਸ਼ੀਏਟਿਵ ਪਹਿਲਾ ਸਟੈਪ ਨਿਤੀਸ਼ ਕੁਮਾਰ ਜੀ ਨੇ ਲਿਆ, ਉਦੋਂ ਉਹ ਇੰਡੀਆ ਅਲਾਇੰਸ ਨਾਲ ਸੀ। ਉਹਨਾਂ ਨੇ ਇਹਦਾ ਇਹ ਹੱਲ ਲੱਭਿਆ ਕਿ ਧਰਮ ਦੇ ਆਧਾਰ ਤੇ ਆਪਾਂ ਇਹਨਾਂ ਨਾਲ ਲੜਾਈ ਨਹੀਂ ਲੜ ਸਕਦੇ। ਉਸ ਦੀ ਕਾਊਂਟਰ ਚਾਲ ਜਿਹਨੂੰ ਆਪਾਂ ਕਹਿੰਦੇ ਹਾਂ, ਉਹ ਇਹਨਾਂ ਨੇ ਜਾਤੀ ਆਧਾਰ ਬਣਾ ਕੇ ਚੱਲੇ ਕਿ ਬਜਾਏ ਧਰਮ ਦੇ ਮੁਸਲਮਾਨਾਂ ਤੇ ਹਿੰਦੂਆਂ ਦਾ ਕੀ ਪਾੜਾ ਹੈ ਆਪਾਂ ਇਹਦੀ ਗੱਲ ਨਹੀਂ ਕਰਦੇ, ਆਪਾਂ ਇਹ ਗੱਲ ਕਰੀਏ ਵੀ ਜਿਹੜੀਆਂ ਗਰੀਬ ਜਾਤੀਆਂ ਨੇ ਤੇ ਉੱਚ ਜਾਤੀਆਂ ਨੇ ਉਹਨਾਂ ਦੀ ਗਿਣਤੀ ਕਿੰਨੀ ਹੈ, ਗਿਣਤੀ ਮੁਤਾਬਕ ਉਹਨਾਂ ਦੇ ਆਈ ਐਸ ਅਫਸਰ ਕਿੰਨੇ ਨੇ, ਉਹਨਾਂ ਦੇ ਪੜ੍ਹਾਈ ਚ ਬੰਦੇ ਕਿੰਨੇ ਨੇ, ਉਹਨਾਂ ਦੀਆਂ ਵੋਟਾਂ ਕਿੰਨੀਆਂ ਨੇ,
ਜਿਹੜੀ ਉਹਨਾਂ ਦੀ ਭਾਗੀਦਾਰੀ ਹੈ ਉਸ ਪ੍ਰਪੋਰਸ਼ਨ ਚ ਉਸ ਪਰਸੈਂਟੇਜ ਦੇ ਵਿੱਚ ਆਪਾਂ ਇਹ ਨਿਸ਼ਚਿਤ ਕਰੀਏ। ਇਹਦੇ ਨਾਲ ਜਿਹੜਾ ਧਰਮ ਵਾਲਾ ਉਹਨਾਂ ਦਾ ਪੈਂਤੜਾ ਹੈ ਉਹ ਪੈਂਤੜੇ ਦਾ ਇਹ ਕਾਊਂਟਰ ਪੈਂਤੜਾ ਸੀ ਔਰ ਜਿਹੜਾ ਕਾਮਯਾਬੀ ਰਿਹਾ ਯੂਪੀ ਦੇ ਵਿੱਚ ਬਿਹਾਰ ਦੇ ਵਿੱਚ ਵੀ ਨੁਕਸਾਨ ਹੋਇਆ। ਮਤਲਬ ਇਹ ਇਸੇ ਪੈਂਤੜੇ ਦੇ ਸਿਰ ਤੇ ਹੋਇਆ ਵਰਨਾ ਇਹ ਸਾਰਾ ਕੁਛ ਨਹੀਂ ਸੀ ਹੋਣਾ। ਹੁਣ ਆਪਾਂ ਗੱਲ ਇਹ ਕਰੀਏ ਕਿ ਨਿਤੀਸ਼ ਜੀ ਨੇ ਆਪਣਾ ਬੜੇ ਸਿੱਧੇ ਤਰੀਕੇ ਨਾਲ ਇੱਕ ਸੁਨੇਹਾ ਦਿੱਤਾ ਕਿ ਜੇ ਭਾਈ ਮੇਰੇ ਨਾਲ ਗੱਲ ਕਰਨੀ ਹੈ ਤਾਂ ਮੇਰੇ ਸਾਰੀਆਂ ਆਪਸ਼ਨਾਂ ਖੁੱਲੀਆਂ ਨੇ, ਮੇਰਾ ਤੇਜਸਵੀ ਨਾਲ ਵੀ ਠੀਕ ਹੈ। ਸੰਜੇ ਰਾਊਤ ਨੇ ਕਹਿ ਦਿੱਤਾ ਵੀ ਹਾਂ ਸਾਡੇ ਵੀ ਦੋਸਤ ਨੇ ਉਹ, ਇਹ ਤੋਂ ਬਿਨਾਂ ਸਾਰਾ ਇੰਡੀਆ ਅਲਾਇੰਸ ਕਹਿੰਦਾ ਵੀ ਨਿਤੀਸ਼ ਜੀ ਸਭ ਕੇ ਹੈ। ਇਹ ਜਿਹੜੇ ਬਿਆਨ ਨੇ ਇਹਨਾਂ ਦੇ ਬਹੁਤ ਡੂੰਘੇ ਅਰਥ ਹੁੰਦੇ ਨੇ ਸਿਆਸਤ ਦੇ ਵਿੱਚ। ਜਿੰਨਾ ਚਿਰ ਨਿਤੀਸ਼ ਜੀ ਸਾਹਮਣੇ ਉਹ ਕੰਡਮ ਨਾ ਕਰਨ ਵੀ ਮੈਂ ਕਿਸੇ ਦਾ ਨਹੀਂ, ਮੈਂ ਇਹਨਾਂ ਨਾਲ ਚੱਲੂਗਾ, ਜੇ ਉਹ ਇਕੱਲਾ ਹੀ ਕਹਿੰਦੇ ਨੇ ਵੀ ਨਹੀਂ ਨਹੀਂ ਮੈਂ ਇੰਡੀਆ ਅਲਾਇੰਸ ਦਾ, ਇਹਦਾ ਕੋਈ ਮੀਨਿੰਗ ਨਹੀਂ ਹੁੰਦਾ। ਜੇਕਰ ਉਹ ਐ ਕੰਡੈਮ ਨਾ ਕਰਨ ਵੀ ਜਿਹੜਾ ਉਹਨੇ ਕਿਹਾ ਉਹ ਗਲਤ ਹੈ, ਮੈਂ ਇਹਦੀ ਨਿੰਦਾ ਕਰਦਾ। ਸੋ ਇਸ ਤਰ੍ਹਾਂ ਤੁਸੀਂ ਵੀ ਪੱਤਰਕਾਰ ਨੂੰ ਤੁਸੀਂ ਰੋਜ਼ ਦੇਖਦੇ ਹੋ। ਸੋ ਹਾਲ ਦੀ ਘੜੀ ਨਿਤੀਸ਼ ਜੀ ਨੇ ਬੜਾ ਸਾਫ ਇਹ ਸੁਨੇਹਾ ਦਿੱਤਾ ਹੋਇਆ ਕਿ ਮੇਰੇ ਨਾਲ ਭਾਈ ਗੱਲ ਕਰੋ। ਜਿਹੜੇ ਸਿਆਣੇ ਸਿਆਸਤਦਾਨ ਹੁੰਦੇ ਨੇ ਆਪਦੀ ਬਾਰਗੇਨਿੰਗ ਪਾਵਰ ਵਧਾਉਂਦੇ ਨੇ, ਜਿਹੜੇ ਤਾਂ ਹਲਕੇ ਹੁੰਦੇ ਨੇ ਉਹ ਤਾਂ ਭੱਜ ਕੇ ਜਾ ਕੇ ਗੱਲ ਕਰਦੇ ਨੇ, ਇਹ ਆਪਣੇ ਵੀ ਇਹ ਜਦੋਂ ਆਪਾਂ ਵੇਚਵੱਟ ਕਰਨੀ ਹੁੰਦੀ ਹੈ ਨਾ, ਜੇ ਆਪਾਂ ਗੱਲ ਕਰਦੇ ਹਾਂ ਹਲਕੇ ਪੈ ਜਾਂਦੇ ਆ, ਆਪਾਂ ਸਥਿਤੀ ਬਣਾਉਂਦੇ ਹਾਂ ਵੀ ਉਹਨੂੰ ਹਲਕਾ ਕਰੀਏ, ਸਾਡੇ ਨਾਲ ਉਹ ਗੱਲ ਕਰੇ ਵੀ ਤੈਨੂੰ ਕੀ ਚਾਹੀਦਾ। ਸੋ ਨਿਤੀਸ਼ ਜੀ ਨੇ ਇਹ ਗੱਲ ਇਸ ਤਰ੍ਹਾਂ ਖੋਲ ਦਿੱਤੀ ਹੈ ਕਿ ਮੈਨੂੰ ਐਨਡੀਏ ਅਲਾਇੰਸ ਪੁੱਛੇ ਕਿ ਤੁਸੀਂ ਇਕੱਠੇ ਜਹਾਜ਼ 'ਚ ਕਿਉਂ ਆਏ ਸੀ, ਫਿਰ ਮੈਂ ਦੱਸੂਗਾ ਵੀ ਭਾਈ ਕਿਉਂ ਆਏ ਸੀ। ਜਾਂ ਤੁਸੀਂ ਉਹ ਜਿਹੜੀ ਪ੍ਰੈਸ ਕਾਨਫਰੰਸ 'ਚ ਏਦਾਂ ਨਹੀਂ ਬੋਲੇ, ਜਾਂ ਤੁਸੀਂ ਤੇਜਸਵੀ ਨੂੰ ਕੰਡੈਮ ਕਰੋ, ਫਿਰ ਉਹ ਕਹੇਗਾ ਵੀ ਮੈਂ ਕਿਉਂ ਕਰਾਂ, ਤੁਸੀਂ ਮੇਰੇ ਨਾਲ ਵੱਖ ਵੱਖ ਸਮਿਆਂ ਤੇ ਬਹੁਤ ਚੰਗੀ ਕੀਤੀ ਹੈ। ਦੂਸਰਾ ਜਿਹੜਾ ਪਿਛਲੇ ਸਮੇਂ ਨਿਤੀਸ਼ ਨੂੰ ਤੇ ਮੈਂ ਪਹਿਲਾਂ ਵੀ ਇਹ ਗੱਲ ਕਹਿ ਕੇ ਹਟਿਆ, ਨਿਤੀਸ਼ ਨੂੰ ਤੇ ਨਾਇਡੂ ਨੂੰ ਇੱਕ ਬਹੁਤ ਸੋਹਣਾ ਦਾਅ ਆਉਂਦਾ, ਜੇ ਕਦੇ ਵੀ ਤੁਸੀਂ ਕਿਸੇ ਨੈਗੋਸ਼ੀਏਸ਼ਨ ਦੇ ਵਿੱਚ ਕਿਸੇ ਸਮਝੌਤੇ 'ਚ ਮੈਨੂੰ ਬੁਲਾ ਲਓ ਤੇ ਤੁਹਾਨੂੰ ਲੱਗਦਾ ਹੋਵੇ ਕਿ ਰਣ ਸਿੰਘ ਜੀ ਏਦਾਂ ਕਰਨਗੇ, ਜਾਂ ਤੁਸੀਂ ਮੈਨੂੰ ਇਹ ਕਹਿ ਦਿਓ ਕਿ ਤੁਸੀਂ ਠੀਕ ਨਹੀਂ ਕਰ ਰਹੇ, ਮੇਰਾ ਇਹ ਕਹਿਣਾ ਉੱਥੇ ਵੀ ਚੰਗਾ ਫਿਰ ਮੈਂ ਉੱਠ ਕੇ ਚੱਲਿਆ, ਇਹ ਬਹੁਤ ਵੱਡਾ ਸੁਨੇਹਾ ਹੁੰਦਾ। ਇਹਦਾ ਮਤਲਬ ਇਹ ਨਹੀਂ ਵੀ ਮੈਂ ਚੱਲਿਆ, ਇਹਦਾ ਮਤਲਬ ਇਹ ਹੁੰਦਾ ਵੀ ਜੇ ਰੋਕ ਸਕਦੇ ਮੈਨੂੰ ਰੋਕ ਲਓ, ਨਹੀਂ ਮੈਂ ਤੁਹਾਡੀ ਸਿੱਧੀ ਪੁੱਠੀ ਕਰ ਦੂੰਗਾ। ਜਿਹੜਾ ਜਦੋਂ ਨਾਇਡੂ ਜੀ ਤੇ ਨਿਤੀਸ਼ ਜੀ ਪਾਰਟੀ 'ਚ ਇਹ ਕਹਿੰਦੇ ਨੇ ਨਾ ਵੀ ਨਹੀਂ ਨਹੀਂ ਅਸੀਂ ਤਾਂ ਠੀਕ ਹਾਂ, ਅਸੀਂ ਤਾਂ ਖੁਸ਼ ਹਾਂ, ਅਸੀਂ ਤਾਂ ਬਾਹਰੋਂ ਸਪੋਰਟ ਕਰਦੇ ਹਾਂ, ਤਾਂ ਇਹਦਾ ਅਰਥ ਬਹੁਤ ਗੰਭੀਰ ਹੈ। ਬਾਹਰੋਂ ਸਪੋਰਟ ਕਰਨੀ ਇੰਨਾ ਸੌਖਾ ਕੰਮ ਨਹੀਂ ਹੁੰਦਾ। ਬਾਹਰੋਂ ਸਪੋਰਟ ਕਰਨ ਦਾ ਮਤਲਬ ਇਹ ਹੈ ਵੀ ਸਾਡਾ ਜਦੋਂ ਜੀ ਕਰੂੰ ਫੱਟੀ ਖਿੱਚ ਲਾਂਗੇ, ਤੇ ਜੇ ਸਾਡਾ ਜੀ ਕਰੂੰ ਤਾਂ ਸਪੋਰਟ ਦੇ ਹੀ ਰੱਖਾਂਗੇ, ਉਹਦਾ ਮਤਲਬ ਇਹ ਹੁੰਦਾ। ਦੂਜਾ ਉਹਦਾ ਮਤਲਬ ਇਹ ਹੁੰਦਾ ਹੈ ਸਾਰੇ ਇਸ ਗੱਲੋਂ ਨਾਇਡੂ ਤੇ ਨਿਤੀਸ਼ ਜੀ ਦੋਵੇਂ ਇਹ ਦੇਖ ਰਹੇ ਨੇ ਕਿ ਬੀਜੇਪੀ 'ਚ ਕੀ ਬਣਦਾ। ਇਹ ਗੱਲ ਮੈਂ ਬਾਅਦ 'ਚ ਕਰਦਾ, ਪਹਿਲਾਂ ਥੋੜ੍ਹੀ ਜਿਹੀ ਗੱਲ ਨਾਇਡੂ ਦੀ ਕਰ ਲਈਏ। ਨਾਇਡੂ ਐਨਡੀਏ ਦਾ ਪਾਰਟ ਸੀਗੇ, ਜੇ ਤੁਹਾਡੇ ਯਾਦ ਹੋਵੇ ਅਟਲ ਬਿਹਾਰੀ ਵਾਜਪਾਈ ਵੇਲੇ ਉਹ ਕੋਆਰਡੀਨੇਟਰ ਵੀ ਸੀ ਪੂਰੇ ਐਨਡੀਏ ਦੇ, ਲੇਕਿਨ ਉਹਨਾਂ ਨੇ ਕੁਛ ਗੱਲਾਂ ਰੱਖੀਆਂ ਵੀ ਸਾਡੀਆਂ ਆਹ ਸ਼ਰਤਾਂ ਨੇ, ਇਹ ਇਹਨਾਂ ਤੋਂ ਪੂਰੀਆਂ ਨਹੀਂ ਹੋਈਆਂ, ਇਸ ਕਰਕੇ ਉਹ ਛੱਡ ਕੇ ਚਲੇ ਗਏ। ਪਹਿਲਾਂ ਵੀ ਉਹਨਾਂ ਦਾ ਇੱਕ ਸਪੀਕਰ ਸੀ ਬਾਲ ਯੋਗੀ, ਉਹ ਬੜੇ ਯੰਗ ਜੇ ਸੀ ਔਰ ਅੱਛੇ ਸਪੀਕਰ ਸੀ ਉਹ, ਤੇ ਉਹਨਾਂ ਦਾ ਏਅਰ ਕਰੈਸ਼ ਦੇ ਵਿੱਚ ਡੈਥ ਹੋ ਗਈ ਸੀ। ਮੈਨੂੰ ਬੜਾ ਮਹਿਸੂਸ ਹੁੰਦਾ ਵੀ ਉਹ ਇੱਕ ਅੱਛਾ ਲੀਡਰ ਸੀ, ਵੈਸੇ ਭੰਗੇ ਤੇ ਭਾਣੇ ਚਲਿਆ ਗਿਆ। ਬਟ ਐਨੀ ਹਾਓ
ਉਸ ਤੋਂ ਬਾਅਦ ਉਹਨਾਂ ਦੀਆਂ ਦੂਰੀਆਂ ਵੱਧ ਗਈਆਂ ਤੇ ਮੋਦੀ ਜੀ ਨੇ ਉਹਨਾਂ ਨੂੰ ਆਪਦੇ ਸਟਾਈਲ ਨਾਲ, ਜਿਹੜਾ ਮੋਦੀ ਦਾ ਸਟਾਈਲ ਹੈ, ਮੋਦੀ ਦਾ ਸਟਾਈਲ ਤਾਂ ਇਹ ਹੈ ਕਿ ਯੂਨੀਵਰਸਿਟੀ ਸਾਡੇ ਇੱਕ ਬਿਊਰੋਕਰੇਟ ਵਾਈਸ ਚਾਂਸਲਰ ਆਇਆ, ਉਹ ਹਰ ਇੱਕ ਅਧਿਕਾਰੀ ਨੂੰ ਇਹ ਕਹਿੰਦਾ ਹੁੰਦਾ ਸੀ ਬੁਲਾ ਕੇ, ਆਹ ਤੇਰੀ ਫਾਈਲ ਪਈ ਹੈ ਇੱਕ ਮੇਰੇ ਕੋਲ। ਇਹਦਾ ਸਟਾਈਲ ਇਹ ਸੀ ਵੀ ਹਰ ਇੱਕ ਨੂੰ ਦਬਕਾਉਣਾ ਪਹਿਲਾਂ, ਤੇ ਇਹਨਾਂ ਨੇ ਨਾਇਡੂ ਨੂੰ ਵੀ ਦਬਕਾਇਆ, ਨਾਇਡੂ ਨੂੰ ਕੇਸਾਂ ਚ ਉਲਝਾਇਆ ਵੀ, ਲੇਕਿਨ ਨਾਇਡੂ ਵੀ ਕਲਾਕਾਰ ਹੈ, ਨਾਇਡੂ ਬਾਰੇ ਉਹ ਸ਼ਬਦ ਬੋਲੇ, ਸ਼ਾਇਦ ਤੁਹਾਨੂੰ ਇਸ ਗੱਲ ਦੀ ਜਾਣਕਾਰੀ ਹੋਵੇ, ਐਂਟੀ ਰਾਮਾ ਰਾਓ ਨਾਇਡੂ ਦੇ ਸਹੁਰਾ ਸਾਹਿਬ ਸੀ, 77 ਦੇ ਵਿੱਚ ਉਹ ਵੱਡੇ ਲੀਡਰ ਸੀ ਸਾਂਝੀ ਕੁਲੀਸ਼ਨ ਸਰਕਾਰ ਚ, ਤੇ ਉਹ ਮੁੱਖ ਮੰਤਰੀ ਰਹੇ ਨੇ। ਉਹਨਾਂ ਨੂੰ ਮੁੱਖ ਮੰਤਰੀ ਹਟਾ ਕੇ ਨਾਇਡੂ ਬਣਿਆ ਸੀ। ਸਿਆਸਤ ਚ ਇੱਦਾਂ ਦੀਆਂ ਸਾਜਿਸ਼ਾਂ ਚੱਲਦੀਆਂ ਰਹਿੰਦੀਆਂ ਹੁੰਦੀਆਂ ਨੇ, ਤੇ ਮੋਦੀ ਜੀ ਨੇ ਮਤਲਬ ਇਹ ਗੱਲ ਨੂੰ ਪਬਲਿਕ ਚ ਬਹੁਤ ਉਭਾਰਿਆ ਕਿ ਨਾਇਡੂ ਤਾਂ ਇੱਦਾਂ ਦਾ ਬੰਦਾ ਹੈ ਜੀ, ਇਹਨੇ ਤਾਂ ਆਪਦੇ ਸਹੁਰੇ ਨੂੰ ਗੱਦੀ ਤੋਂ ਲਾਤਾ ਸੀ, ਉਹਦੀ ਗੱਦੀ ਤੇ ਕਾਬਜ਼ ਹੋ ਗਿਆ, ਇਹ ਹੋ ਗਿਆ, ਉਹ ਮੋਦੀ ਜੀ ਦਾ ਸਟਾਈਲ ਹੈ। ਦੂਜਾ ਇਹ ਹੁੰਦਾ ਜਦੋਂ ਆਪਾਂ ਇੱਕ ਸਥਿਤੀ ਚ ਹੁੰਦੇ ਹਾਂ ਸੁਖਵਿੰਦਰ, ਉਦੋਂ ਬੰਦੇ ਨੂੰ, ਮਨੁੱਖ ਦਾ ਆਹੀ ਫਰਕ ਹੈ, ਬੰਦੇ ਨੂੰ ਭਰਮ ਹੋ ਜਾਂਦਾ ਵੀ ਸ਼ਾਇਦ ਮੈਂ ਤਾਂ ਨਾ ਇੱਦਾਂ ਹੀ ਰਹੂੰਗਾ। ਇਸੇ ਕਰਕੇ ਮੋਦੀ ਜੀ ਕਹਿੰਦੇ ਰਹੇ ਵੀ ਨਾ ਮੈਂ ਆਇਆ ਹੂੰ, ਨਾ ਮੁਝੇ ਬੁਲਾਇਆ ਗਿਆ ਹੈ, ਮੁਝੇ ਤੋਂ ਮਾਂ ਗੰਗਾ ਨੇ ਬੁਲਾਇਆ। ਹੁਣ ਮਾਂ ਗੰਗਾ ਨੇ 6 ਲੱਖ ਤੋਂ 1.5 ਲੱਖ ਤੇ ਲੈ ਜਾਂਦਾ, ਕੀ ਮੋਦੀ ਜੀ ਹੁਣ ਕਹਿਣਗੇ ਵੀ ਨਾ ਮੈਂ ਹਾਰਿਆ, ਨਾ ਮੈਂ ਹਾਰਨ ਦੇ ਨੇੜੇ ਪਹੁੰਚਿਆ, ਨਾ ਮੇਰੀ ਪਰਸੈਂਟੇਜ ਘਟੀ ਹੈ, ਇਹ ਤਾਂ ਮਾਂ ਗੰਗਾ ਹਾਰੀ ਹੈ। ਜਾਂ ਤਾਂ ਹੁਣ ਕਹਿ ਕੇ ਦਿਖਾਉਣ ਨਾ, ਫਿਰ ਪਤਾ ਮੰਨੀਏ ਸੀ ਵੀ ਤੂੰ ਗੰਗਾ ਪੁੱਤਰ ਹੈ ਭਾਈ, ਇਹ ਮਾਂ ਕਹਿ ਕੇ ਦਿਖਾਉਣ, ਹੁਣ ਵੀ ਗੰਗਾ ਹਾਰੀ ਹੈ, ਠੀਕ ਹੈ ਨੀ। ਮਤਲਬ ਉਦੋਂ ਮੋਦੀ ਜੀ ਨੂੰ ਇਹ ਲੱਗਦਾ ਸੀ ਵੀ ਸਾਡੇ ਬਰਾਬਰ ਦਾ ਕੌਣ ਆਇਆ ਸੀ, ਜੋ ਕੁਛ ਇਹ ਭਰਮ ਜਿਹੜਾ ਰੱਬ ਅੱਲਾ ਪਰਮਾਤਮਾ ਹੈ ਨਾ, ਉਹਦੇ ਨਿਯਮ ਬੰਦੇ ਨੂੰ ਐਸੇ ਭਰਮ ਚ ਪਾਉਂਦੇ ਨੇ, ਉਹਨੂੰ ਲੱਗਦਾ ਕਿ ਹੁਣ ਮੇਰੇ ਬਰਾਬਰ ਦਾ ਕੋਈ ਨੀ। ਸੋ ਇਸ ਕਰਕੇ ਮੋਦੀ ਜੀ ਨੇ ਸਭ ਨੂੰ ਅਵਾ ਤਵਾ ਬੋਲਿਆ, ਇਹਨਾਂ ਨੂੰ ਵੀ ਬੋਲਿਆ ਹੋਇਆ ਨਾਇਡੂ ਉਹਨਾਂ ਨੂੰ ਵੀ। ਤੇ ਨਾਇਡੂ ਨਾਲ ਜਿਹੜੀ ਸਭ ਤੋਂ ਵੱਡੀ ਪ੍ਰੋਬਲਮ ਹੈ ਬੀਜੇਪੀ ਦੀ, ਤੁਸੀਂ ਪੜ੍ਹ ਲਿਆ ਹੋਏਗਾ ਤੁਸੀਂ ਵੀ, ਉਹ ਸਭ ਤੋਂ ਵੱਡੀ ਇਹ ਹੈ ਕਿ ਨਾਇਡੂ ਜੀ ਨੇ ਆਪਦੀ ਸਟੇਟ ਚ ਮੁਸਲਿਮਸ ਲਈ ਰਾਖਵਾਂਕਰਨ ਕੀਤਾ ਹੋਇਆ, ਰੈਜ਼ਰਵੇਸ਼ਨ ਕ੍ਰੀਏਟ ਕੀਤੀ ਹੋਈ ਹੈ, ਜਦੋਂ ਕਿ ਬੀਜੇਪੀ ਇਸ ਗੱਲ ਦੀ ਵਿਰੋਧੀ ਹੈ। ਉਹਦਾ ਸਿੱਧਾ ਸਿਧਾਂਤ ਇਹ ਹੈ ਵੀ ਧਰਮ ਦੇ ਆਧਾਰ ਤੇ ਨਹੀਂ ਹੋਣੀ ਚਾਹੀਦੀ, ਹਾਲਾਂਕਿ ਉਹਨਾਂ ਨੇ ਧਰਮ ਦੇ ਆਧਾਰ ਤੇ ਨਹੀਂ ਕੀਤੀ ਹੋਈ, ਕੀਤੀ ਉਹਨਾਂ ਨੇ ਵੀ ਮੁਸਲਿਮ ਦੇ ਵਿੱਚ ਜਿਹੜੀਆਂ ਗਰੀਬ ਜਾਤੀਆਂ ਨੇ ਜਾਂ ਜਿਹੜੇ ਗਰੀਬ ਲੋਕ ਨੇ ਉਹਨਾਂ ਦੀ ਕੋਈ ਪਰਿਭਾਸ਼ਾ ਬਣਾ ਕੇ ਉਹਨਾਂ ਨੂੰ ਰੈਜ਼ਰਵੇਸ਼ਨ ਦਿੱਤੀ ਹੋਈ ਹੈ। ਹੁਣ ਇਸ ਕੰਟਰਾਡਿਕਸ਼ਨ ਜਿਹੜੀ ਇਹ ਕੰਟਰਾਡਿਕਸ਼ਨ ਹੈ ਜਾਂ ਵਿਰੋਧਾਭਾਸ ਹੈ, ਇਹ ਕਿਤੇ ਹਜ਼ਮ ਨਹੀਂ ਹੁੰਦਾ ਮੋਦੀ ਜੀ ਨੂੰ। ਹੁਣ ਇਹਦੇ ਉੱਤੇ ਉਹਨਾਂ ਦੋਨਾਂ ਦਾ ਸਾਰਾ ਸਿਸਟਮ ਚੱਲਣਾ ਹੈ। ਹੁਣ ਜਿਹੜੀ ਕਾਲ ਕੀਤੀ ਹੈ, ਜਿਹੜੀ ਸਮਝ ਆਉਂਦੀ ਹੈ, ਜਿਹੜਾ ਵਿਧੀ ਵਿਧਾਨ ਹੈ, ਜਿੰਨੀ ਕੁ ਮੈਨੂੰ ਸਮਝ ਹੈ ਸਿਆਸਤ ਦੀ, ਕਿ ਸਿਸਟਮ ਰਵਾਇਤਾਂ ਤੇ ਨਿਯਮ ਦੋ ਚੀਜ਼ਾਂ ਇੰਪੋਰਟੈਂਟ ਨੇ। ਰਵਾਇਤਾਂ ਤੇ ਨਿਯਮ ਸੰਵਿਧਾਨ ਅਨੁਸਾਰ ਇਹ ਕਹਿੰਦੇ ਨੇ ਕਿ ਜਿਹੜੇ ਬੰਦੇ ਨੇ ਪ੍ਰਧਾਨ ਮੰਤਰੀ ਬਣਨਾ ਹੈ, ਪਹਿਲਾਂ ਉਹਨੂੰ ਮੈਂਬਰ ਪਾਰਲੀਮੈਂਟ ਆਪਣਾ ਲੀਡਰ ਚੁਣਨ, ਫਿਰ ਉਹ ਲੀਡਰ ਨੂੰ ਰਾਸ਼ਟਰਪਤੀ ਬੁਲਾਉਂਦਾ ਹੈ। ਇਹ ਜਿਹੜੀ ਕਾਲੀ ਨਾਲ ਉਹਦੇ ਅਲਾਇੰਸ ਦੀ ਮੀਟਿੰਗ ਬੁਲਾਈ ਗਈ ਹੈ, ਤੇ ਕਾਲੀ ਨਾਲ ਉਹਨਾਂ ਦੇ ਜਿਹੜੇ ਦਸਖਤ ਕਰਾਏ ਗਏ ਨੇ ਕਿ ਜੀ ਅਸੀਂ ਸਾਰਿਆਂ ਨੇ ਆਪਦਾ ਲੀਡਰ ਚੁਣ ਲਿਆ, ਇਸ ਲਈ ਇਹਨੂੰ ਬੁਲਾ ਲਿਆ ਜਾਵੇ। ਸੰਵਿਧਾਨ ਮੁਤਾਬਕ ਇਹਦਾ ਕੋਈ ਮੀਨਿੰਗ ਨਹੀਂ ਹੈਗਾ। ਸੰਵਿਧਾਨ ਮੁਤਾਬਕ ਮੀਨਿੰਗ ਇਸ ਗੱਲ ਦਾ ਹੈ ਕਿ ਮੈਂਬਰ ਪਾਰਲੀਮੈਂਟ ਦੀ ਜਿਹੜੀ ਬਹੁ ਗਿਣਤੀ ਹੈ, ਉਹਨਾਂ ਨੇ ਨੇਤਾ ਚੁਣ ਲਿਆ ਕਿ ਨਹੀਂ ਚੁਣ ਲਿਆ। ਪਰ
ਇਹ ਅਲਾਇੰਸ ਦੇ ਦਸਤਖਤ ਕਿਉਂ ਕਰਾਏ ਗਏ? ਇਹ ਇਸ ਕਰਕੇ ਕਰਾਏ ਗਏ ਕਿ ਮੋਦੀ ਜੀ ਚਾਹੁੰਦੇ ਨੇ ਕਿ ਮੈਂ ਇਹ ਸਾਰਾ ਕੁਛ ਦਿਖਾ ਕੇ ਆਪਣੀ ਪਾਰਟੀ ਚ ਕਵਾਂ ਕਿ ਦੇਖੋ ਮੈਨੂੰ ਬਾਹਰੋਂ ਸਮਰਥਨ ਮਿਲ ਰਿਹਾ, ਪਾਰਟੀ ਵਾਲੇ ਵੀ ਚੁੱਪ ਕਰ ਜਾਣਗੇ। ਮਤਲਬ ਇਹ ਮੇਰੇ ਮੁਤਾਬਕ ਇਹ ਚਾਲ ਸੀ ਬਹੁਤ ਕਮਾਲ ਦੀ, ਪਰੰਤੂ ਪਾਰਟੀ ਦੇ ਐਮ ਪੀ ਬੁਲਾ ਕੇ ਤੂੰ ਨੇਤਾ ਚੁਣਿਆ ਜਾਂ ਫਿਰ ਤੂੰ ਅਲਾਇੰਸ ਵਾਲਿਆਂ ਨੂੰ ਕਹਿ ਵੀ ਦੇਖੋ ਪਾਰਟੀ ਨੇ ਮੈਨੂੰ ਨੇਤਾ ਬਣਾਤਾ ਤੇ ਹੁਣ ਭਾਈ ਤੁਸੀਂ ਵੀ ਸਮਰਥਨ ਦਿਓ, ਚਾਹੀਦਾ ਤਾਂ ਇਹ ਸੀ। ਪਰ ਕੀਤਾ ਉਲਟਾ, ਪਹਿਲਾਂ ਉਹਨਾਂ ਤੋਂ ਸਮਰਥਨ ਲੈ ਲਿਆ, ਉਹਨਾਂ ਸਾਰਿਆਂ ਦੇ ਦਸਤਖਤ ਕਰਾ ਕੇ ਇੱਕ ਪੱਤਰ ਜਾਰੀ ਕਰਤਾ, ਉਹ ਪੱਤਰ ਕਹਿੰਦੇ ਅਸੀਂ ਰਾਸ਼ਟਰਪਤੀ ਨੂੰ ਦੇ ਦੇਣਾ। ਸੰਵਿਧਾਨ ਵਿਧੀ ਮੁਤਾਬਕ ਇਹ ਪੱਤਰ ਦਾ ਮੀਨਿੰਗ ਉਦੋਂ ਹੈ ਜਦੋਂ ਉਹਨੂੰ ਉਹ ਚੁਣ ਲੈਣਗੇ ਨੇਤਾ। ਇਹਦੇ ਵਿੱਚ ਇਹ ਵੀ ਹੈ ਜੇ ਕੱਲੀ ਭਾਰਤੀ ਜਨਤਾ ਪਾਰਟੀ ਮੋਦੀ ਜੀ ਨੂੰ ਆਪਣਾ ਨੇਤਾ ਚੁਣ ਲੈਂਦਾ, ਰਾਸ਼ਟਰਪਤੀ ਨੂੰ ਤਦ ਵੀ ਸੱਦਾ ਦੇਣਾ ਪਊਗਾ ਇਹਨੂੰ ਪ੍ਰਧਾਨ ਮੰਤਰੀ ਬਣਨ ਲਈ, ਤੇ ਉਹਨਾਂ ਦੀ ਲੋੜ ਆ ਜਿਹੜੀ ਸਪੋਰਟ ਦੀ, ਉਹ ਤਾਂ ਬਾਅਦ ਵਿੱਚ ਪੈਣੀ ਹੈ, ਉਹ ਤਾਂ ਹਾਲੇ ਪੈਣੀ ਨਹੀਂ। ਜੇਕਰ ਮੋਦੀ ਜੀ ਪ੍ਰਧਾਨ ਮੰਤਰੀ ਦੀ ਪਹਿਲਾਂ ਸਹੁੰ ਚੱਕ ਲੈਂਦੇ ਨੇ, ਇਹਨਾਂ ਦੀ ਸਟਰੈਂਥ ਵੱਧ ਜੂਗੀ, ਬਾਰਗੇਨਿੰਗ ਵੱਧ ਜੂਗੀ, ਉਦੋਂ ਬਾਅਦ ਦੂਜੇ ਬੰਦੇ ਨੂੰ ਨਾਲ ਲੈ ਲੈਣ, ਨੈਗੋਸ਼ੀਏਟ ਕਰ ਲੈਣ ਵੀ ਦੱਸੋ ਜੀ ਕਿਹੜਾ ਕਿਹੜਾ ਮਹਿਕਮਾ ਲੈਣਾ, ਕੀ ਲੈਣਾ। ਪਰੰਤੂ ਇਹ ਉਲਟੇ ਪਾਸੇ ਸਟਾਰਟ ਕਿਉਂ ਕੀਤਾ? ਇਹ ਸ਼ੰਕੇ ਪੈਦਾ ਕਰਦਾ ਕਿ ਪਾਰਟੀ ਦੇ ਵਿੱਚ ਸਾਰਾ ਕੁਛ ਠੀਕ ਨਹੀਂ ਹੈਗਾ, ਉੱਥੇ ਕਿਤੇ ਨਾ ਕਿਤੇ ਗੜਬੜ ਹੈ। ਹਾਲੇ ਤੱਕ ਇਹ ਤੈਅ ਨਹੀਂ ਹੋਇਆ ਕਿ ਮੈਂਬਰ ਪਾਰਲੀਮੈਂਟ ਦੀ ਜਿਹੜੀ ਮੀਟਿੰਗ ਹੈ ਉਹ ਕਦੋਂ ਹੋਣੀ ਹੈ, ਕਿਵੇਂ ਹੋਣੀ ਹੈ। ਇਸ ਦੇ ਉਲਟ ਜਿਹੜਾ ਇੱਕ ਲੋਕਾਂ ਨੇ ਉਹਨੂੰ ਹੋਰ ਤਰ੍ਹਾਂ ਇੰਟਰਪ੍ਰੇਟ ਕੀਤਾ ਕੱਲ, ਲੇਕਿਨ ਅੱਜ ਖਬਰ ਦੂਜੀ ਤਰ੍ਹਾਂ ਆ ਗਈ। ਕੱਲ ਸਭ ਨੂੰ ਇਹ ਲੱਗਿਆ ਕਿ ਫੜਨਵੀਸ ਨੇ ਮਹਾਰਾਸ਼ਟਰ ਦੇ ਵਿੱਚ ਇਹ ਸਟੇਟਮੈਂਟ ਦੇ ਕੇ ਕਿ ਜੀ ਮੈਂ ਓਨ ਕਰਦਾ ਰਿਸਪੋਂਸੀਬਿਲਟੀ, ਮੇਰੇ ਕਰਕੇ ਮਹਾਰਾਸ਼ਟਰ ਚ ਹਾਰ ਹੋਈ ਹੈ, ਇਸ ਲਈ ਮੈਂ ਅਸਤੀਫੇ ਦੀ ਪੇਸ਼ਕਸ਼ ਕਰਦਾ। ਆਪਾਂ ਸਭ ਨੂੰ ਇਹ ਲੱਗਿਆ ਵੀ ਬਹੁਤ ਸਿਆਣਾ ਲੀਡਰ ਹੈ ਸ਼ਾਇਦ, ਬੜੇ ਅਖਲਾਕੀ ਤੌਰ ਤੇ ਉਹਨੇ ਕੀ ਕੀਤਾ ਹੈ। ਫਿਰ ਉਹਦੀ ਇੱਕ ਪਰਿਭਾਸ਼ਾ ਇਹ ਆਈ ਵੀ ਨਹੀਂ ਨਹੀਂ ਜੀ, ਉਹਦਾ ਜਿਹੜਾ ਪ੍ਰਭਾਵ ਹੈ ਉਹ ਯੋਗੀ ਜੀ ਤੇ ਪਾਇਆ ਜਾ ਰਿਹਾ ਹੈ। ਬਈ ਯੋਗੀ ਜੀ ਕਿਉਂ ਦੇਣ ਅਸਤੀਫਾ, ਫੜਨਵੀਸ ਕਿਉਂ ਦੇਵੇ ਅਸਤੀਫਾ? ਇਹ ਸਟੇਟ ਦੀ ਇਲੈਕਸ਼ਨ ਥੋੜਾ ਹੈ, ਇਲੈਕਸ਼ਨ ਤਾਂ ਹਿੰਦੁਸਤਾਨ ਦੀ ਹੈ। ਇਹਦੇ ਵਿੱਚ ਨੱਡਾ ਸਾਹਿਬ ਦੇਣ ਅਸਤੀਫਾ, ਇਹਦੇ ਵਿੱਚ ਮੋਦੀ ਜੀ ਦੇਣ ਅਸਤੀਫਾ, ਇਹਦੇ ਵਿੱਚ ਸ਼ਾਹ ਸਾਹਿਬ ਦੇਣ ਅਸਤੀਫਾ, ਚਾਹੀਦਾ ਤਾਂ ਉਹ ਹੈ ਕਿ ਅਸੀਂ ਸਿਆਸਤ ਛੱਡਦੇ ਹਾਂ ਭਾਈ, ਸਾਨੂੰ ਲੋਕਾਂ ਨੇ। ਔਰ ਇਖਲਾਕੀ ਤੌਰ ਤੇ ਬਣਦਾ ਵੀ ਇਹ ਹੈ ਵੀ ਦੇਖੋ ਭਾਵੇਂ ਸਰਕਾਰ ਨੂੰ ਮੈਜੋਰਿਟੀ ਮਿਲ ਗਈ ਹੈ, ਸਾਰੀ ਚੋਣ ਮੋਦੀ ਦੇ ਨਾਂ ਤੇ ਲੜੀ ਗਈ ਹੈ, ਫਤਵਾ ਮੋਦੀ ਦੇ ਹੱਕ ਚ ਨਹੀਂ ਹੈ। ਐਨਡੀਏ ਦੀ ਸਰਕਾਰ ਪਈ ਬਣ ਜਾਵੇ ਪਰ ਮੋਦੀ ਜੀ ਨੂੰ ਜਿਹੜੀਆਂ 400 ਪਾਰ ਮਿਲਣੀਆਂ ਸੀ ਜਾਂ ਜਿਹੜੀਆਂ 370 ਮਿਲਣੀਆਂ ਸੀ ਉਹਦੀ ਤਾਂ ਫੂਕ ਨਿਕਲ ਗਈ ਨਾ, ਇਸ ਲਈ ਮੋਦੀ ਨੂੰ ਰਿਜੈਕਟ ਕਰਤਾ ਲੋਕਾਂ ਨੇ। ਇਸ ਕਰਕੇ ਮੋਦੀ ਜੀਆਂ ਨੂੰ ਚਾਹੀਦਾ ਕਿ ਵੀ ਮੈਂ ਹੁਣ ਪਾਰਟੀ ਚ ਕੰਮ ਕਰੂੰਗਾ ਜਿੰਨਾ ਕੁ ਮੈਥੋਂ ਹੋ ਸਕਿਆ, ਇਹਦੇ ਲਈ ਲੋਕਾਂ ਨੇ ਮੈਨੂੰ ਫਤਵਾ ਨਹੀਂ ਦਿੱਤਾ। ਹੁਣ ਇਹ ਸਾਰੀ ਗੱਲ ਨੂੰ ਜਿਸ ਕਿਸਮ ਨਾਲ ਪੱਤਰਕਾਰਾਂ ਤੇ ਮੀਡੀਆ ਤੇ ਆ ਰਿਹਾ ਹੈ, ਦਬਾਓ ਸਾਰਾ ਇਸ ਗੱਲ ਦਾ ਮੋਦੀ ਜੀ ਤੇ ਕਿ ਜਦੋਂ ਆਪਾਂ ਕਿਸੇ ਨਾਲ ਠੀਕ ਰੱਖੀ ਨਹੀਂ, ਸਾਰੀਆਂ ਏਜੰਸੀਆਂ ਦੇ ਰਾਹੀਂ ਫੜ ਫੜ ਹਰ ਇੱਕ ਬੰਦੇ ਨੂੰ ਅੰਦਰ ਦਿੱਤਾ, ਹੁਣ ਡਰ ਅੰਦਰੋਂ ਇਹ ਲੱਗਦਾ ਵੀ ਜੇ ਮੇਰੇ ਹੱਥੋਂ ਕੁਛ ਹੱਲ ਗਿਆ ਤਾਂ ਕਿਤੇ ਉਲਟੀ ਗੰਗਾ ਨਾ ਸ਼ੁਰੂ ਹੋ ਜਾਵੇ। ਜਿਹੜਾ ਪੀਐਮ ਕੇਅਰ ਫੰਡ ਹੈ ਹੁਣ ਉਹਦਾ ਹਿਸਾਬ ਵੀ ਮੰਗਿਆ ਜਾਊਗਾ, ਫਿਰ ਇਲੈਕਟ੍ਰੋਨ ਬੌਂਡ ਦੀ ਵੀ ਗੱਲ ਆਊਗੀ, ਫਿਰ ਜਿੱਥੇ ਜਿੱਥੇ ਜ਼ਿਆਦਤੀਆਂ ਆਈਆਂ ਨੇ ਉਹਨਾਂ ਦੀ ਵੀ ਗੱਲ ਆਊਗੀ, ਫਿਰ ਏਜੰਸੀਆਂ ਦੀ ਦੁਰਵਰਤੋਂ ਦੀ ਵੀ ਗੱਲ ਆਊਗੀ, ਚਾਹੇ ਜਿਹੜੀ ਮਰਜ਼ੀ ਸਰਕਾਰ ਬਣ ਜਾਵੇ। ਮੈਂ ਇਹ ਨਹੀਂ ਕਹਿੰਦਾ ਚਾਹੇ ਸਰਕਾਰ ਭਾਰਤੀ ਜਨਤਾ ਪਾਰਟੀ ਦੀ ਬਣ ਜਾਵੇ, ਮੰਨ ਲਓ ਉਹ ਚੋਂ ਗ੍ਰਹਿ ਮੰਤਰਾਲੇ ਆ,
ਆ ਜਿਹੜੇ ਦੋ ਗੁੱਟ ਤੁਸੀਂ ਦੱਸੇ ਨੇ ਇਹਨਾਂ ਕੋਲ ਚਲਾ ਜਾਵੇ ਤੇ ਫਿਰ ਉਹ ਗ੍ਰਹਿ ਮੰਤਰੀ ਮੋਦੀ ਜੀ ਨੂੰ ਵੀ ਤਾਂ ਕਹੂਗਾ ਨਾ ਵੀ ਆ ਇੱਕ ਫਾਈਲ ਆਈ ਹੈ ਜੀ ਤੁਹਾਡੇ ਸੰਬੰਧ ਚ, ਇਹਦਾ ਕੀ ਕਰਨਾ ਹੈ? ਫਿਰ ਇਹ ਜਿਹੜੇ ਪਹਿਲਾਂ ਵਾਲੇ ਮੰਤਰੀ ਸੀ ਉਹਨਾਂ ਦੀ ਤਾਂ ਹਿੰਮਤ ਨਹੀਂ ਸੀ ਪੈਂਦੀ ਵੀ ਮੋਦੀ ਜੀ ਦੇ ਸਾਹਮਣੇ ਪੇਸ਼ ਵੀ ਹੋ ਜਾਣ, ਕੋਈ ਗੱਲ ਕਰ ਲੈਣ। ਜਿਵੇਂ ਮੋਦੀ ਜੀ ਸਰਕਾਰ ਚਲਾਉਂਦੇ ਸੀ, ਵਿਦੇਸ਼ ਮੰਤਰੀ ਨੂੰ ਕਦੇ ਉਹ ਵਿਦੇਸ਼ ਚ ਨੀ ਲੈ ਗਏ, ਗ੍ਰਹਿ ਮੰਤਰੀ ਨੂੰ ਕਦੇ ਗ੍ਰਹਿ ਚ ਨਾਲ ਨੀ ਲੈ ਗਏ, ਪਾਰਲੀਮੈਂਟਰੀ ਅਫੇਅਰ ਮੰਤਰੀ ਜੀ ਨੂੰ ਕਦੇ ਪਾਰਲੀਮੈਂਟ ਦੇ ਉਦਘਾਟਨ ਚ ਨੀ ਨਾਲ ਲੈ ਕੇ ਗਏ, ਸਪੀਕਰ ਨੂੰ ਕਦੇ ਉਹਨੂੰ ਪਾਰਲੀਮੈਂਟ ਦੇ ਕੰਮ ਚ ਕਦੇ ਨਾਲ ਨੀ ਲੈ ਕੇ ਗਏ। ਜਿਹੜੇ ਹੁਣ ਮੰਤਰੀ ਬਣਨਗੇ ਨਾ ਸਪੈਸ਼ਲੀ ਉਹ ਗੁੱਟਾਂ ਦੇ, ਉਹ ਮੋਦੀ ਜੀ ਨੂੰ ਏਦਾਂ ਨਹੀਂ ਕਰਨ ਦੇਣਗੇ। ਉਹ ਸਗੋਂ ਕਹਿਣਗੇ ਵੀ ਸਰ ਆਨਰੇਬਲ ਪ੍ਰਧਾਨ ਮੰਤਰੀ ਜੀ, ਜੇ ਬਣਦੇ ਨੇ ਤੁਸੀਂ ਆਪਦੇ ਚੈਂਬਰ ਚ ਬੈਠੋ, ਮਿਨਿਸਟਰੀ ਦਾ ਕੰਮ ਮੈਂ ਚਲਾਉਣਾ, ਮੈਂ ਆਪ ਹੀ ਦੇਖ ਲੂੰਗਾ ਸਾਰਾ ਕੁਛ। ਹੁਣ ਸਿਚੁਏਸ਼ਨ ਬਦਲ ਗਈ ਤੇ ਸਿਚੁਏਸ਼ਨ ਜਦੋਂ ਬਦਲਦੀ ਹੈ ਸੁਖਵਿੰਦਰ, ਰੱਸਾਕਸ਼ੀ ਦੀ ਖੇਡ ਦੇਖੀ ਆ ਤੁਸੀਂ ਕਦੇ? ਹਾਂਜੀ, ਉਹਨਾਂ ਦੀ ਗੇਮ ਜਦੋਂ ਸਟਾਰਟ ਹੁੰਦੀ ਹੈ, ਜਦੋਂ ਰੈਫਰੀ ਪਿਸਲ ਵਜਾਉਂਦਾ ਹੈ ਨਾ, ਦੋਨਾਂ ਦਾ ਆਹਮਣੇ ਸਾਹਮਣੇ ਮੂੰਹ ਹੁੰਦਾ ਇੱਕ ਦੂਜੇ ਵੱਲ, ਤੇ ਜਿਉਂ ਹੀ ਥੋੜਾ ਜਿਹਾ ਟਵਿਸਟ ਆਉਂਦਾ, ਜਿੱਤਣ ਵਾਲੇ ਦਾ ਮੂੰਹ ਹੋਰ ਪਾਸੇ ਹੋ ਜਾਂਦਾ, ਹਾਰਨ ਵਾਲੇ ਦਾ ਹੋਰ ਪਾਸੇ, ਫਿਰ ਜਿਹੜਾ ਹਾਰ ਰਿਹਾ ਹੁੰਦਾ ਫਿਰ ਉਹਨੂੰ ਇਹ ਲੱਗਦਾ ਹੁੰਦਾ ਵੀ ਪੈਰ ਫਸਾ ਲਈਏ ਹੁਣ ਹੋਰ ਨਾ ਖਿੱਚਿਆ ਜਾਵੇ, ਤੇ ਜਿਹੜਾ ਖਿੱਚਣ ਵਾਲਾ ਹੁੰਦਾ ਉਹ ਕਹਿੰਦਾ ਝੂਠਾ ਮਾਰ ਕੇ ਖਿੱਚ ਲਓ, ਜੇ ਪੈਰ ਜਮਾ ਕੇ ਦੁਬਾਰੇ ਫਿਰ ਜੰਮ ਜਾਣਗੇ। ਸੋ ਹੁਣ ਇੱਥੇ ਜਿਵੇਂ ਆਪਾਂ ਕਹਿੰਦੇ ਵੀ ਰੱਸਾਕਸੀ ਦੀ ਖੇਡ ਹੈ, ਹੁਣ ਇਹ ਇਹ ਖੇਡ ਚੱਲ ਰਹੀ ਹੈ ਵਿਦਿਨ ਦੀ ਪਾਰਟੀ। ਮਤਲਬ ਉਹਨਾਂ ਨੂੰ ਤਾਂ ਇਹ ਲੱਗ ਰਿਹਾ ਵੀ ਪੈਰ ਹਿੱਲ ਗਏ ਹੁਣ ਤੇ ਖਿੱਚ ਕੇ ਲੈ ਜਾਓ, ਮੋਦੀ ਜੀ ਨੂੰ ਇਹ ਲੱਗ ਰਿਹਾ ਵੀ ਪੈਰ ਜਿਵੇਂ ਕਿਵੇਂ ਐਨਡੀਏ ਦਾ ਨਾਂ ਲੈ ਕੇ, ਇਹ ਲੈ ਕੇ, ਆਹ ਕਹਿ ਕੇ, ਉਹ ਕਹਿ ਕੇ, ਜਿਵੇਂ ਕਿਵੇਂ ਪੈਰ ਫਸਾ ਲਓ। ਤੇ ਜਿਹੜੇ ਇਹ ਬਿਆਨ ਆ ਰਹੇ ਨੇ, ਜਿਵੇਂ ਕੱਲ ਇੱਕ ਮੈਂ ਬਿਆਨ ਪੜ੍ਹ ਰਿਹਾ ਸੀ ਕਿ ਇੱਕ ਗੁੱਟ ਨੇ ਇਹ ਪਾਬੰਦੀ ਲਾ ਦਿੱਤੀ ਗਈ ਹੈ ਕਿ ਜੀ ਜੇਕਰ ਅਮਿਤ ਸ਼ਾਹ ਬਾਹਰ ਰਹਿਣਗੇ, ਉਹ ਕੈਬਨਿਟ ਚ ਨਹੀਂ ਆਉਣਗੇ, ਅਸੀਂ ਤਾਂ ਤੁਹਾਡਾ ਸਮਰਥਨ ਕਰਾਂਗੇ। ਪਤਾ ਨੀ ਇਹ ਗੱਲ ਸੱਚੀ ਹੈ, ਪਤਾ ਨਹੀਂ ਨਹੀਂ, ਹਾਲੇ ਉਹਨਾਂ ਨੇ ਬਿਆਨ ਨਹੀਂ ਦਿੱਤਾ, ਹਾਲੇ ਤਾਂ ਸੰਕੇਤ ਦਿੱਤੇ ਜਾ ਰਹੇ ਨੇ ਵੀ ਤੁਸੀਂ ਸਾਡੇ ਨਾਲ ਗੱਲ ਕਰੋ ਵੀ ਅਮਿਤ ਸ਼ਾਹ ਰੱਖਣਾ ਕਿ ਨਹੀਂ ਰੱਖਣਾ, ਫਿਰ ਅਸੀਂ ਦੱਸਾਂਗੇ ਵੀ ਇਹ ਰੱਖਣਾ ਕਿ ਨਹੀਂ ਰੱਖਣਾ। ਸੋ ਇਸ ਕਰਕੇ ਜਦੋਂ ਕਮਜ਼ੋਰ ਹੋ ਜਾਂਦਾ ਬੰਦਾ ਨਾ, ਕਹਿੰਦੇ ਨੇ ਮੁਸੀਬਤ ਜਦੋਂ ਆਉਂਦੀ ਆ ਇਕੱਲੀ ਨਹੀਂ ਆਉਂਦੀ, ਫਿਰ ਉਹਦਾ ਢੇਰ ਆਉਂਦਾ ਮੁਸੀਬਤਾਂ ਦਾ ਇਕੱਠੇ। ਸੋ ਇਸ ਤਰੀਕੇ ਨਾਲ ਦੋ ਹੀ ਇਹਦੇ ਹੱਲ ਨੇ, ਜਾਂ ਤਾਂ ਇਹ ਹੱਲ ਹੈ ਕਿ ਜੇ ਤਾਂ ਗ੍ਰੇਸ ਦਿਖਾਉਣੀ ਆ ਬੰਦੇ ਨੇ, ਮਤਲਬ ਪ੍ਰਧਾਨ ਮੰਤਰੀ ਤੋਂ ਉੱਪਰ ਕੋਈ ਅਹੁਦਾ ਨਹੀਂ ਹੁੰਦਾ ਮੁਲਕ 'ਚ, 10 ਸਾਲ ਕੋਈ ਬੰਦਾ ਪ੍ਰਧਾਨ ਮੰਤਰੀ ਰਹਿ ਗਿਆ, ਜਾਂ ਤਾਂ ਉਹ ਗ੍ਰੇਸ ਦਿਖਾਵੇ ਵੀ ਮੈਨੂੰ ਨਹੀਂ ਚਾਹੀਦਾ ਇੱਦਾਂ ਦੀ ਪ੍ਰਾਈਮ ਮਿਨਿਸਟਰਸ਼ਿਪ, ਜਿਹਨੂੰ ਮਰਜ਼ੀ ਬਣਾਓ, ਜਿਹਨੂੰ ਮਰਜ਼ੀ ਨਾ ਬਣਾਓ, ਹੁਣ ਮੈਨੂੰ ਬਖਸ਼ੋ, ਆਪਾਂ 10 ਸਾਲ ਰਹਿ ਲਏ, ਗ੍ਰੇਸ ਨਾਲ ਆਪਾਂ ਕੁਇਟ ਕਰਦੇ ਹਾਂ। ਜਾਂ ਤਾਂ ਇਹਦਾ ਇਹ ਤਰੀਕਾ ਹੈ, ਕ੍ਰਿਕਟ ਦੇ ਪਲੇਅਰ ਦਾ ਕਹਿੰਦੇ ਹੁੰਦੇ ਨੇ ਨਾ ਕਿ ਜਿਹਨੇ ਜਦੋਂ ਜਿੱਦੇ ਸੈਂਕੜਾ ਮਾਰਿਆ ਹੋਵੇ ਤੇ ਰਿਟਾਇਰਮੈਂਟ ਦੇ ਨੇੜੇ ਹੋਵੇ, ਉਦੇ ਰਿਟਾਇਰ ਹੋ ਜਾਵੇ ਤਾਂ ਵਧੀਆ ਰਹਿੰਦਾ, ਨਹੀਂ ਫਿਰ ਜੇ ਕਿਤੇ 2-3 ਮੈਚਾਂ 'ਚ ਖੜਾ ਰਹਿ ਜਾਏ ਫਿਰ 0 ਤੇ ਰਿਟਾਇਰ ਹੁੰਦਾ ਜਿੱਦੇ ਨਾ, ਫਿਰ ਉਹ ਬੇਇੱਜ਼ਤੀ ਹੁੰਦੀ ਆ ਵੀ ਯਾਰ ਆਹ ਤਾਂ ਬੜੀ ਮਾੜੀ ਹੋਈ ਹੈ। ਸੋ ਇਸ ਗੱਲ ਤੋਂ ਸਿੱਖਿਆ ਲੈਣੀ ਚਾਹੀਦੀ ਹੈ। ਮੈਨੂੰ ਇਹ ਲੱਗ ਰਿਹਾ ਕਿ ਮੋਦੀ ਜੀ ਹੁਣ ਦੁਬਾਰੇ ਸੈਂਕੜਾ ਮਾਰਨ ਵਾਲੀ ਪੋਜੀਸ਼ਨ 'ਚ ਨਹੀਂ ਆਉਣਗੇ, ਉਮਰ ਵੀ ਉਹਨਾਂ ਦੇ ਹਿਸਾਬ ਨਾਲ ਹੈ ਤੇ 75 ਸਾਲ 'ਚ ਹੋਣ ਵਾਲੇ ਨੇ, ਜਾਂ ਤੇ ਉਹ ਇਹਨਾਂ ਨਾਲ ਸੌਦਾ ਕਰ ਲੈਣ ਕਿ ਤੁਸੀਂ ਮੈਨੂੰ ਇੱਕ ਵਾਰੀ ਪਾਰਟੀ ਚੱਪਦੀ 'ਚ ਵੀ ਦੇਖੋ, ਤੁਸੀਂ ਮੈਨੂੰ ਇੱਕ ਵਾਰੀ ਸਹੁੰ ਚੁਕਾ ਦਿਓ, ਉਦੋਂ ਬਾਅਦ 15 ਦਿਨਾਂ 'ਚ 20 ਦਿਨਾਂ 'ਚ ਮੈਂ ਆਪੇ ਰਿਜ਼ਾਈਨ ਕਰ ਦੂੰਗਾ, ਫਿਰ ਤੁਸੀਂ ਆਪੇ ਹੋਰ ਪ੍ਰਧਾਨ ਮੰਤਰੀ ਬਣਾ ਲਿਓ, ਵੀ ਮੈਨੂੰ ਇੱਜ਼ਤ ਨਾਲ ਭੇਜ ਦਿਓ, ਜਾਂ ਤਾਂ ਉਹ ਏਦਾਂ ਨੈਗੋਸ਼ੀਏਟ ਕਰਨ, ਤੇ ਨਹੀਂ ਤੇ ਫਿਰ ਮੈਨੂੰ ਇਹ ਲੱਗ ਰਿਹਾ ਕਿ ਸਮਾਂ ਹੱਕ 'ਚ ਨਹੀਂ, ਸਿਹਤ ਬਾਕੀ ਸਾਰਾ ਕੁਛ ਟਾਈਮ ਹੱਕ 'ਚ ਨਹੀਂ।
ਹੁਣ ਜਿਹੜੀ ਗੱਲ ਤੁਸੀਂ ਉਹਦਾ ਮੈਂ ਜਵਾਬ ਦੇ ਦਾ, ਜਿਹੜੀ ਤੁਸੀਂ ਇੰਡੀਆ ਅਲਾਇੰਸ ਦੀ ਕੀਤੀ ਹੈ, ਸਿਚੁਏਸ਼ਨ ਸੁਖਵਿੰਦਰ ਇਹ ਬਣੂਗੀ ਜੇਕਰ ਇੰਡੀਆ ਅਲਾਇੰਸ ਇਸ ਤਰ੍ਹਾਂ ਦੀ ਸਰਕਾਰ ਬਣਾ ਲੈਂਦਾ ਹੈ ਕਿ ਮੰਨ ਲਓ ਕਾਂਗਰਸ ਕਵੇ ਵੀ ਅਸੀਂ ਬਾਹਰ ਨਹੀਂ ਰਹਿੰਦੇ, ਅਸੀਂ ਨਤੀਸ਼ ਜੀਆਂ ਨੂੰ ਪ੍ਰਧਾਨ ਮੰਤਰੀ ਬਣਾ ਦਿੰਦੇ ਹਾਂ, ਉਹ ਨਤੀਸ਼ ਜੀਆਂ ਨੂੰ ਪ੍ਰਧਾਨ ਮੰਤਰੀ ਬਣਾ ਦਿੰਦੇ ਨੇ, ਸਰਕਾਰ ਫਿਰ ਵੀ ਬਹੁਤ ਮੁਸ਼ਕਲ ਚੱਲੇਗੀ। ਇੰਨਾ ਸੌਖਾ ਨਹੀਂ ਵੀ ਸਰਕਾਰ ਜਿਹੜੀ ਮਿਲਗੋਬੇ ਦੀ ਸਰਕਾਰ ਹੁੰਦੀ ਹੈ ਇਹਨੂੰ ਚਲਾਉਣਾ ਬਹੁਤ ਔਖਾ ਹੈ। ਆਪਣੇ ਪੰਜਾਬੀ ਚ ਕਹਿੰਦੇ ਹੁੰਦੇ ਨੇ ਨਾ ਕਿ ਪਨਸੇਰੀ ਡੱਡੂ ਤੋਲੇ ਨਹੀਂ ਜਾ ਸਕਦੇ ਜੇਕਰ ਉਹਨਾਂ ਨੂੰ ਕਿਸੇ ਜਾਲੀ ਜੂੜੀ ਚ ਨਾ ਬੰਨੀਏ। ਕਿਉਂ? ਇੱਕ ਫੜ ਕੇ ਤੱਕੜੀ ਚ ਪਾਉਂਗੇ ਦੂਜਾ ਜਾਲ ਮਾਰ ਜਾਂਦਾ, ਦੂਜਾ ਪਾਉਂਗੇ ਤੀਜਾ ਜਾਲ ਮਾਰ ਜਾਂਦਾ, ਮਤਲਬ ਉਹ ਪਨਸੇਰੀ ਤਿਆਰ ਹੀ ਨਹੀਂ ਹੋਣੀ ਜਿੰਨੇ ਮਰਜ਼ੀ ਹੋਣ, ਠੀਕ ਹੈ ਕਿ ਨਹੀਂ? ਸੋ ਇਸ ਕਿਸਮ ਨਾਲ ਜੇਕਰ ਇੰਡੀਆ ਅਲਾਇੰਸ ਦੀ ਵੀ ਸਰਕਾਰ ਬਣੇ, ਇੰਡੀਆ ਅਲਾਇੰਸ ਦੇ ਵਿੱਚੋਂ ਪ੍ਰਧਾਨ ਮੰਤਰੀ ਬਣੇ ਜਾਂ ਨਤੀਸ਼ ਜੀ ਬਣਨ ਜਾਂ ਖੜਗੇ ਜੀ ਬਣਨ ਜਾਂ ਰਾਹੁਲ ਜੀ ਬਣਨ, ਜੋ ਮਰਜ਼ੀ ਬਣੇ, ਤਦ ਵੀ ਇਹ ਔਖਾ ਕੰਮ ਹੈ। ਕਿਉਂਕਿ ਤਦ ਵੀ ਉਹ ਬੀਬੀ ਬੰਗਾਲ ਵਾਲੀ ਨੂੰ ਉਹਨੂੰ ਸਰਚਾਉਣਾ ਸੌਖਾ ਥੋੜ੍ਹਾ, ਉਹ ਵੀ ਸੌਖਾ ਕੰਮ ਨਹੀਂ ਹੈਗਾ। ਜਾ ਜਿਹੜੇ ਯੂਪੀ ਵਾਲੇ ਨੇ ਆਪਣੇ ਅਖਿਲੇਸ਼ ਜੀ ਅਗਲੇ ਕੋਲ 37 ਸੀਟ ਹੈ ਬਈ, ਉਹ ਵੀ ਕਹੇਗਾ ਹੈ ਨਾ ਵੀ ਤੁਸੀਂ 14-15 ਵਾਲੇ ਨੂੰ ਪ੍ਰਧਾਨ ਮੰਤਰੀ ਬਣਾਈ ਜਾਂਦੇ ਤਾਂ ਮੈਨੂੰ ਕੀ ਬਣਾਓਗੇ। ਸੋ ਇਹ ਔਖਾ ਕੰਮ ਹੈ। ਪਰ ਜੇਕਰ ਸਰਕਾਰ ਇੰਡੀਆ ਵਾਲਿਆਂ ਕੋਲ, ਇੰਡੀਆ ਅਲਾਇੰਸ ਕੋਲ ਇੱਕ ਪ੍ਰਿੰਤੜ ਹੈ, ਉਹ ਕਹਿ ਸਕਦੇ ਨੇ ਵੀ ਦੇਖੋ ਜੇ ਉਹਨੂੰ ਕਹਿ ਰਹੇ ਨੇ ਕਿ ਦੇਖੋ ਫਤਵਾ ਇਹਨਾਂ ਦੇ ਹੱਕ 'ਚ ਆਇਆ, ਪਹਿਲਾਂ ਇਹਨਾਂ ਨੂੰ ਚਲਾਉਣ ਦਿਓ। ਜੇ ਪਹਿਲਾਂ ਇਹਨਾਂ ਦਾ ਜਲੂਸ ਨਿਕਲਦਾ ਹੈ ਤਦ ਜਿਹੜੀ ਅਗਲੀ ਇਲੈਕਸ਼ਨ ਆਏਗੀ ਉਹਨਾਂ ਨੂੰ ਉਹਦੇ ਵਿੱਚ ਫਾਇਦਾ ਹੋਏਗਾ, ਕਿਉਂਕਿ ਇਹ ਲੋਕਾਂ ਦੀ ਕਿਰਕਿਰੀ ਹੋਏਗੀ, ਇਹਨਾਂ 'ਚ ਹੋਰ ਗਿਰਾਵਟ ਆਏਗੀ। ਇਸ ਕਰਕੇ ਜਿਹੜੀ ਪੁਜੀਸ਼ਨ ਹੈ ਉਹ ਇਹ ਪੈਂਤੜਾ ਲੈ ਕੇ ਫਾਇਦੇ 'ਚ ਰਹਿ ਸਕਦੇ ਨੇ ਭਵਿੱਖ ਲਈ। ਇਸ ਤੋਂ ਵੀ ਬਿਨਾਂ ਇਹ ਤਾਂ ਹੋ ਗਈ ਕੇਂਦਰ ਸਰਕਾਰ ਦੀ ਸਿੱਧੀ ਸਿੱਧੀ ਗੱਲ, ਇਸ ਤੋਂ ਵੀ ਬਿਨਾਂ ਜਿਹੜੀਆਂ ਇਹਦੀਆਂ ਆਫਸ਼ੂਟਸ, ਜਿਹੜੇ ਇਹਦੇ ਹੋਰ ਪ੍ਰਭਾਵ ਮੈਂ ਦੇਖ ਰਿਹਾ, ਜੋ ਕੁਛ ਇਹਨਾਂ ਨੇ ਪਿਛਲੇ ਸਮੇਂ 'ਚ ਕੀਤਾ ਹੈ ਹੁਣ ਇਹਨਾਂ ਨੂੰ ਉਹ ਦੇਣਾ ਆ ਗਿਆ। ਇਹ ਉਦਾਂ ਦੀ ਗੱਲ ਹੋਈ ਕਿ ਬਿਨਾਂ ਪਾਣੀ ਤੋਂ ਛਿੱਤਰ ਕੱਢ ਲਏ ਇਹਨਾਂ ਨੇ, ਜੁੱਤੀ ਖੋਲ ਲਈ। ਜੁੱਤੀ ਖੋਲ ਲਈ ਤਾਂ ਭਾਵ ਇਹ ਹੈ ਵੀ ਜਦੋਂ ਇਹਨਾਂ ਦੀ ਕੇਂਦਰ ਸਰਕਾਰ ਬਹੁਤ ਵਧੀਆ ਚੱਲ ਰਹੀ ਸੀ, ਸਾਰੀਆਂ ਸਟੇਟਾਂ 'ਚ ਇਹਨਾਂ ਨੇ ਦੂਜਿਆਂ ਦੀਆਂ ਸਰਕਾਰਾਂ ਤੋੜ ਤੋੜ ਬੰਦਿਆਂ ਦੀ ਖਰੀਦੋ ਫਰੋਖਤ ਕੀਤੀ, ਤੇ ਹੁਣ ਬੰਦੇ ਚਾਹੀਦੇ ਨੇ, ਹੁਣ ਖਰੀਦਣ ਜੋਗੇ ਨਹੀਂ ਹੈਗੇ। ਮਤਲਬ ਸ਼ੇਰ ਆ ਗਿਆ, ਸ਼ੇਰ ਆ ਗਿਆ, ਪਹਿਲਾਂ ਸਾਰਾ ਕੁਛ ਐਕਸਰਸਾਈਜ਼ ਕਰ ਲਈ, ਜਦੋਂ ਉਹਦੀ ਲੋੜ ਪਈ। ਤੁਹਾਡੇ ਯਾਦ ਹੋਵੇਗਾ ਨਾ, ਇਹ ਬਿਲਕੁਲ ਉਦਾਂ ਦੀ ਗੱਲ ਹੈ, ਜਿਹੜਾ ਰਾਵਣ ਸੀ ਨਾ, ਰਾਵਣ ਨੂੰ ਇੱਕ ਵਰ ਪ੍ਰਾਪਤ ਸੀ ਕਿ ਉਹ ਧਨੁਸ਼ ਚੱਕ ਲੇਗਾ, ਉਹ ਚੱਕ ਸਕਦਾ ਧਨੁਸ਼। ਜਦੋਂ ਸੀਤਾ ਸੁੰਬਰ ਹੋਇਆ, ਸੀਤਾ ਸੁੰਬਰ 'ਚ ਰਾਵਣ ਨੂੰ ਪਤਾ ਸੀ ਵੀ ਮੇਰੇ ਕੋਲ ਮੈਨੂੰ ਵਰ ਮਿਲਿਆ ਹੋਇਆ, ਮੈਂ ਧਨੁਸ਼ ਚੱਕ ਸਕਦਾ। ਪਰ ਉਹ ਮੋਦੀ ਜੀਆਂ ਵਾਂਗੂ ਓਵਰ ਕੰਫੀਡੈਂਟ ਹੋ ਗਿਆ ਤੇ ਉਹ ਰਾਤ ਨੂੰ ਚੋਰੀਓ ਗਿਆ, ਰਾਤ ਨੂੰ ਚੋਰੀਓ ਜਾ ਕੇ ਧਨੁਸ਼ ਚੱਕ ਕੇ ਦੇਖ ਆਇਆ, ਧਨੁਸ਼ ਚੱਕਿਆ ਗਿਆ, ਕਿਉਂਕਿ ਵਰਦਾਨ ਸੀ ਉਹਨੂੰ। ਪਰ ਜਿੱਦੇ ਸੁੰਬਰ 'ਚ ਗਿਆ ਉਹਦੇ ਚੱਕਿਆ ਨਹੀਂ ਗਿਆ। ਫਿਰ ਉਹਨੇ ਆਪਣੇ ਵਰਦਾਨ ਵਾਲੇ ਉਹ ਦੇਵਤਾ ਨੂੰ ਪੁੱਛਿਆ ਵੀ ਮੈਥੋਂ ਕਿਉਂ ਨੀ ਚੱਕਿਆ ਗਿਆ, ਕਹਿੰਦਾ ਤੈਨੂੰ ਚੱਕਣ ਦਾ ਵਰਦਾਨ ਸੀ, ਇੱਕ ਪਹਿਲੇ ਚੱਕ ਕੇ ਦੇਖ ਲਿਆ, ਤੂੰ ਐਗਜੋਸਟ ਕਰ ਲਿਆ ਉਹਦਾ ਮੌਕਾ। ਸੋ ਮੋਦੀ ਜੀ ਨੇ ਬੰਦੇ ਖਰੀਦਣ ਦੀ ਜਿਹੜੀ ਐਕਸਰਸਾਈਜ਼ ਕੀਤੀ ਉਹ ਸਾਰੇ ਕਿਤੇ ਉਹਦੀ ਕਾਮਯਾਬ ਰਹੀ, ਚਾਹੇ ਉਹਨਾਂ ਕੋਲ ਸਾਧਨ ਸੀ ਚਾਹੇ ਤਾਕਤ ਸੀ। ਕਈ ਸਾਰੀਆਂ ਸਰਕਾਰਾਂ ਤੋੜ ਕੇ ਦਿਖਾ ਤੀਆਂ ਉਹਨੇ ਔਰ ਨਵੀਆਂ ਬਣਾ ਕੇ ਦਿਖਾ ਤੀਆਂ, ਤੋੜ ਕੇ ਦੁਬਾਰੇ ਵੀ ਇਲੈਕਸ਼ਨ ਜਿੱਤ ਕੇ ਦਿਖਾ ਤੀ। ਲੇਕਿਨ ਜਦੋਂ ਹੁਣ ਧਨੁਸ਼ ਚੱਕਣ ਦਾ ਟਾਈਮ ਆਇਆ, ਹੁਣ ਜਦੋਂ ਉਹ ਕਹਿ ਬੈਠਾ ਵੀ ਮੈਂ ਭਗਵਾਨ ਵੀ ਹਾਂ, ਤੇ ਹੁਣ ਧਨੁਸ਼ ਭਗਵਾਨ ਜੀ ਦੋਵੇਂ ਚੱਕਿਆ ਗਿਆ।
ਜਿਹੜੇ ਸਵੈ ਸ਼ੰਭੂ ਭਗਵਾਨ ਬਣੇ ਨਾ ਧਨੁਸ਼, ਉਹਨਾਂ ਤੋਂ ਚੱਕਿਆ ਨਹੀਂ ਗਿਆ। ਸੋ ਇਸ ਕਰਕੇ ਇਹ ਜਿਹੜੇ ਕੁਦਰਤ ਦੇ ਨਿਯਮਾਂ ਦੀ ਪਾਲਣਾ ਜਦੋਂ ਬੰਦਾ ਨਹੀਂ ਕਰਦਾ ਉਹ ਇਸ ਤਰ੍ਹਾਂ ਫਸ ਜਾਂਦਾ। ਮੈਂ ਇਹਨੂੰ ਧਾਰਮਿਕ ਤੌਰ ਤੇ ਐਕਸਪਲੋਇਟ ਨਹੀਂ ਕਰਦਾ, ਕੁਦਰਤ ਦੇ ਆਪਣੇ ਨਿਯਮ ਨੇ, ਉਹ ਨਿਯਮਾਂ ਦੇ ਵਿੱਚ। ਹੁਣ ਵੱਡਾ ਚੈਲੰਜ ਕੀ ਹੈ, ਮੈਨੂੰ ਹਾਸੀ ਆ ਰਹੀ ਹੈ, ਉਹ ਤੁਹਾਡੇ ਬਹੁਤ ਜ਼ਿਆਦਾ ਲੋਕਾਂ ਨੇ ਰਿਪੋਰਟ ਨਹੀਂ ਕੀਤਾ, ਹਿਮਾਚਲ ਚ ਕੀ ਹੋਇਆ। ਹਿਮਾਚਲ ਦੇ ਵਿੱਚ 4 ਦੀਆਂ 4 ਸੀਟਾਂ ਬੀਜੇਪੀ ਜਿੱਤ ਗਈ ਔਰ ਬੀਜੇਪੀ ਬਹੁਤ ਖੁਸ਼ ਹੋ ਰਹੀ ਹੈ ਵੀ ਦੇਖੋ ਜੀ ਹਿਮਾਚਲ ਚ ਅਸੀਂ 4 ਦੀਆਂ 4 ਸੀਟਾਂ ਲੈ ਗਏ। ਪਰ ਇਹ ਯਾਦ ਨਹੀਂ ਜਿਹੜੇ 6 MLA ਕਾਂਗਰਸ ਨੇ ਕੱਢੇ ਸੀ ਤੇ ਉਹਨਾਂ 6 ਨੂੰ ਬੀਜੇਪੀ ਨੇ ਟਿਕਟਾਂ ਦਿੱਤੀਆਂ ਸੀ, ਉਹਨਾਂ 6 ਚੋਂ 2 ਜਿੱਤੇ ਨੇ, 4 ਕਾਂਗਰਸ ਦੇ ਜਿੱਤ ਗਏ। ਇਹ ਗੱਲ ਕਈਆਂ ਨੂੰ ਯਾਦ ਨਹੀਂ। ਤੇ ਇਹਦੇ ਨਾਲ ਸੁੱਖੂ ਦੀ ਜਿਹੜੀ ਸਟਰੈਂਥ ਸੀ, ਜਿਹੜੇ ਉਹਦੇ ਕੋਲੇ 34 ਬੰਦੇ ਸੀ ਉਹਦੇ ਕੋਲੇ 38 ਹੋ ਗਏ, ਉਹਦੀ ਤਾਕਤ ਵੱਧ ਗਈ ਪਹਿਲਾਂ ਨਾਲੋਂ। ਇਹਨਾਂ ਨੂੰ ਬੜਾ ਵਹਿਮ ਸੀ ਵੀ ਉਦੋਂ ਅਸੀਂ ਸਰਕਾਰ ਤੋੜ ਦਾਂਗੇ। ਤੇ ਨਾਲ ਮੈਂ ਦੋਸ਼ ਨਹੀਂ ਲਾਉਂਦਾ ਜਿਹੜਾ ਪਰਿਵਾਰ ਸਾਬਕਾ ਮੁੱਖ ਮੰਤਰੀ ਦਾ, ਜਿਹੜੀ ਉਹ ਮੈਡਮ ਸੀ ਜਾਂ ਉਹ ਮੰਤਰੀ ਸੀ, ਉਹਨਾਂ ਦਾ ਬੇਟਾ ਜਿਹੜਾ ਇਲੈਕਸ਼ਨ ਲੜਿਆ ਉਹ ਕੰਗਣਾ ਦੇ ਖਿਲਾਫ ਖੁਦ ਇਲੈਕਸ਼ਨ ਹਾਰ ਗਿਆ। ਮਤਲਬ ਇਹਦੇ ਵਿੱਚ ਜੇ ਮੈਂ ਕਵਾਂ ਵੀ ਸੁੱਖੂ ਤੋਂ ਵੀ ਪਟਕੜੀ ਦੇ ਗਿਆ ਇਹਨਾਂ ਨੂੰ, ਨਾਲੇ ਤਾਂ ਉਹ ਹਾਰ ਗਿਆ, ਉਹਦੇ ਨਾਲ ਦੁਸ਼ਮਣੀ ਨਿਕਲ ਗਈ ਵੀ ਭਾਈ ਤੂੰ ਮੇਰੇ ਖਿਲਾਫ਼ ਬਗਾਵਤਾਂ ਕਰਦਾ ਤੂੰ ਆਪਦਾ ਸੰਭਾਲ ਮੈਨੂੰ ਛੱਡ। ਤੇ ਨਾਲ ਬੀਜੇਪੀ ਦੀ ਕਿਰਕਰੀ ਹੋ ਗਈ ਉਧਰੋਂ, ਇੱਕ ਗੱਲ। ਦੂਸਰੀ ਗੱਲ, ਮਹਾਰਾਸ਼ਟਰ ਦੇ ਵਿੱਚ ਸਾਰਾ ਕੁਛ ਕੀਤਾ, ਅੱਜ ਖ਼ਬਰਾਂ ਇਹ ਆ ਰਹੀਆਂ ਨੇ, ਮੈਨੂੰ ਨੀ ਪਤਾ ਸੱਚ ਕਿੰਨਾ ਚ, ਪੁਸ਼ਟੀ ਨੀ ਅਜੇ ਹੋਈ, ਕਿ ਸ਼ਿੰਦੇ ਗਰੁੱਪ, ਸ਼ਿੰਦੇ ਦੀ ਗਰੁੱਪ ਦੀ ਇੱਕ ਪਹਿਲੀ ਖ਼ਬਰ ਆ ਰਹੀ ਹੈ ਕਿ ਅੱਜ ਸ਼ਿੰਦੇ ਜੀ ਆਪਦੇ ਸਾਰੇ ਮੈਂਬਰ ਲੈ ਕੇ ਦਿੱਲੀ ਪਹੁੰਚ ਰਹੇ ਨੇ। ਕਿਉਂ, ਕੋਈ ਮੀਟਿੰਗ ਬੁਲਾਈ ਹੈ? ਕਿਉਂ ਪਹੁੰਚ ਰਹੇ ਨੇ ਦਿੱਲੀ? ਬੀਜੇਪੀ ਵਾਲੇ ਪੁੱਛ ਰਹੇ ਨੇ ਵੀ ਤੇਰੇ ਨਾਲ ਮੈਂਬਰ ਹੈ ਨੀ, ਮੈਂਬਰ ਤਾਂ ਉਧਰ ਠਾਕਰੇ ਨਾਲ ਜਾਣ ਨੂੰ ਤਿਆਰ ਬੈਠੇ ਨੇ, ਤਾਂ ਜਾ ਕੇ ਉਹਨੂੰ ਦਿਖਾਉਣਾ ਪੈ ਰਿਹਾ ਵੀ ਮੈਂ ਲੈ ਕੇ ਆਉਣਾ ਜੀ ਉਹਨਾਂ ਨੂੰ। ਵਰਨਾ ਹਾਲੇ ਜਦੋਂ ਪਾਰਲੀਮੈਂਟ ਮੈਂਬਰਾਂ ਦੀ ਮੀਟਿੰਗ ਬੁਲਾਈ ਨੀ, ਪਹਿਲਾਂ ਹੀ ਕਿਉਂ ਲੈ ਕੇ ਜਾ ਰਹੇ ਹੋ? ਇਹ ਸਮਝ ਆਉਂਦੀ ਹੈ ਨਾ ਗੱਲ? ਸੋ ਇਹਦਾ ਅਰਥ ਇਹ ਬਣਦਾ। ਤੇ ਦੂਜੀ ਖ਼ਬਰ ਤੁਸੀਂ ਵੀ ਸੁਣ ਲਈ ਹੋਏਗੀ ਕਿ ਮਹਾਰਾਸ਼ਟਰ ਦੇ ਵਿੱਚ ਸਰਕਾਰ ਡਾਵਾਡੋਲ ਹੋ ਗਈ। ਫੜਨਵੀਸ ਨੇ ਅਸਤੀਫਾ ਇਸ ਕਰਕੇ ਨਹੀਂ ਕਿ ਦਿੱਤਾ ਵੀ ਉਹ ਜ਼ਿੰਮੇਵਾਰੀ ਲੈ ਰਹੇ ਹੈ, ਇੰਨੇ ਭਲੇ ਨਹੀਂ ਹੈਗੇ ਲੋਕ, ਅਸਤੀਫਾ ਇਸ ਕਰਕੇ ਦੇਣ ਨੂੰ ਤਿਆਰ ਹੈ ਵੀ ਤਾਂ ਹੋਰ ਕੁਝ ਹੋ ਗਿਆ, ਸਾਰਾ ਤੁਸੀਂ ਨਹੀਂ ਲਿਜੇ ਉੱਥੇ। ਆ ਹੁਣ ਲੇਟੈਸਟ ਇਹ ਖ਼ਬਰ ਆ ਰਹੀ ਹੈ ਕਿ ਜਿਹੜਾ ਅਜੀਤ ਪਵਾਰ ਦਾ ਭਤੀਜਾ, ਅੱਗੇ ਸ਼ਰਦ ਪਵਾਰ ਦਾ ਭਤੀਜਾ ਅਜੀਤ ਪਵਾਰ ਹੈ, ਅਜੀਤ ਪਵਾਰ ਦਾ ਜਿਹੜਾ ਭਤੀਜਾ ਸ਼ਰਦ ਦਾ ਪੋਤਾ, ਉਹ ਕਹਿੰਦਾ ਜੀ ਥੋੜੀ ਦੇਰ ਠਹਿਰੋ, 19 MLA ਲੈ ਕੇ, 18-19 MLA ਲੈ ਕੇ ਆ ਰਿਹਾ। ਤੇ ਉਧਰੋਂ ਜਿਹੜੇ ਸ਼ਿੰਦੇ ਗਰੁੱਪ ਵਾਲੇ MLA ਨੇ ਉਹ ਬੈਕ ਉਧਰੋਂ ਠਾਕਰੇ ਨਾਲ ਹੋ ਰਹੇ ਨੇ, ਕਿਉਂਕਿ ਜੇ ਤਾਂ ਮੋਦੀ ਜੀ ਬਣਦੇ ਪ੍ਰਧਾਨ ਮੰਤਰੀ ਫਿਰ ਤਾਂ ਬੰਦੇ ਨੂੰ ਲੱਗਦਾ ਵੀ ਤਾਕਤ ਵਾਲਾ ਪ੍ਰਧਾਨ ਮੰਤਰੀ, ਆਪਾਂ ਕੁਛ ਨਾ ਕੁਛ ਕਰਾ ਲਾਂਗੇ। ਹੁਣ ਉਹ ਸਾਰੇ MLA ਆਪਦਾ ਭਵਿੱਖ ਸਟੇਟ ਚ ਦੇਖ ਰਹੇ ਨੇ, ਜਿਹਦੀ 4 ਮਹੀਨਿਆਂ ਨੂੰ 6 ਮਹੀਨਿਆਂ ਨੂੰ ਇਲੈਕਸ਼ਨ ਹੈ ਸਾਹਮਣੇ। ਹੁਣ ਉਹਨਾਂ ਨੂੰ ਇਹ ਲੱਗਦਾ ਵੀ ਇੱਧਰ ਹੀ ਚਲੇ ਜਾਈਏ, ਖ਼ਬਰ MLA ਦੁਬਾਰੇ ਬਣ ਜਾਈਏ, ਉਹ ਆਪਦਾ ਭਵਿੱਖ ਤਲਾਸ਼ ਰਹੇ ਨੇ। ਇਸ ਕਰਕੇ ਇਹ ਸਾਰੇ ਕਾਸੇ ਦਾ ਏਦਾਂ ਦੇ ਰਿਜ਼ਲਟ ਆਉਣਗੇ। ਤੇ ਸ਼ਿਵਰਾਜ ਚੌਹਾਨ ਬਿਲਕੁਲ ਚੁੱਪ ਬੈਠਾ ਹੈ। ਉਹ ਚੁੱਪ ਕਿਉਂ ਬੈਠਾ ਹੈ? ਉਹ ਇਸ ਕਰਕੇ ਬੈਠੇ, ਚੌਹਾਨ ਸਾਹਿਬ ਚੁੱਪ ਇਸ ਕਰਕੇ ਬੈਠੇ ਨੇ ਕਿ ਮੋਦੀ ਜੀ ਨੇ ਤਾਂ 26 ਚੋਂ 25 ਜਿੱਤੀਆਂ ਨੇ ਅਮਿਤ ਸ਼ਾਹ ਨੇ, ਤੇ ਮੋਦੀ ਜੀ ਨੇ 80 ਚੋਂ 35-37 ਜਿੱਤੀਆਂ ਨੇ, ਤੇ ਮੈਂ ਤਾਂ 29 ਦੀਆਂ 29 ਜਿੱਤੀਆਂ ਨੇ ਭਾਈ, ਮੈਨੂੰ ਕਿਉਂ ਨੀ ਪ੍ਰਧਾਨ ਮੰਤਰੀ ਬਣਾਉਂਦੇ? ਸਮਝ ਗਏ? ਮਤਲਬ ਜਦੋਂ ਆਪਾਂ ਚਾਲ ਪਾਉਂਦੇ ਨੇ ਨਾ, ਚਾਲ ਤੇ ਚਾਲ ਫਿਰ ਏਦਾਂ ਪੈਂਦੀ ਹੈ। ਉਹ ਬੰਦੇ ਦਾ ਸਬਰ ਦੇਖੋ, ਉਹਨੂੰ ਕਹਿੰਦੇ ਤੈਨੂੰ ਮੁੱਖ ਮੰਤਰੀ ਨੀ ਬਣਾਉਣਾ,
ਜਦੋਂ ਉਹਨੂੰ ਇਹ ਇਹ ਸਟੇਟਮੈਂਟ ਦਿੱਤੀ ਕਿ ਤੈਨੂੰ ਮੁੱਖ ਮੰਤਰੀ ਨਹੀਂ ਬਣਾਉਣਾ, ਯਾਦ ਕਰੋ ਤੁਸੀਂ ਉਸ ਦਿਨ ਉਹਦੀ 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 ਸਟੇਟਮੈਂਟ ਸੀ ਕਿ ਮੈਂ ਚੱਲਿਆ ਛਿੰਦਵਾੜਾ, ਪਹਿਲਾਂ 28 ਜਿੱਤੇ ਸੀ, ਇਸ ਵਾਰ ਮੈਂ ਤਾਂ ਛਿੰਦਵਾੜਾ ਚੱਲਿਆ, 29-29 ਜਿੱਤ ਕੇ ਦੇਣੀਆਂ ਨੇ ਮੈਂ ਪਾਰਟੀ ਨੂੰ। ਇਹਦਾ ਮਤਲਬ 35 ਤਾਂ ਉੱਦਾਂ ਹੀ ਖੇਡਦਾ ਸੀ ਬੰਦੇ ਨੇ, ਉਹਦੀ ਕੋਈ ਚਾਲ ਹੋਏਗੀ। ਸੋ ਇਸ ਕਰਕੇ ਵਿਦਿਨ ਦਾ ਪਾਰਟੀ ਹਾਲ ਦੀ ਘੜੀ ਦਿਖਾਈ ਦੇ ਰਿਹਾ ਸਾਰਾ ਕੁਛ ਠੀਕ ਨਹੀਂ ਹੈਗਾ। ਉਹ ਸਾਰਾ ਕੁਛ ਠੀਕ ਨਾ ਹੋਣ ਕਰਕੇ, ਇਸ ਕਰਕੇ ਇਹ ਝੂਠਾ ਮੂਠਾ ਜਿਹਾ ਗਠਜੋੜ ਜਿਹਦੇ ਬੰਦੇ ਫਟਾਫਟ ਪਲਾ ਕੇ ਦਸਤਖਤ ਜੇ ਕਰਾ ਕੇ ਦਿੱਤੇ ਨੇ, ਹਾਲੇ ਇਹ ਦਸਤਖਤਾਂ ਦਾ ਕੋਈ ਮੀਨਿੰਗ ਨਹੀਂ। ਦੂਜਾ ਇਹ ਉਹ ਸਿਆਸਤ ਚ ਕਾਹਦੇ ਦਸਤਖਤ ਦਿੰਦੇ ਨੇ, ਉਹ ਕਹਿੰਦੇ 4 ਵਾਰੀ ਕਰਾ ਲਓ ਦਸਤਖਤ, ਕਰਾ ਲਓ ਜਦੋਂ ਮੌਕਾ ਆਵਾਂਗੇ ਦੇਖਾਂਗੇ ਨਾਪਤੋਲ ਕੀ ਕਰਨਾ। ਅੱਛਾ ਦਸਤਖਤਾਂ ਦੇ ਵਿੱਚ ਸਾਰੇ ਹੀ ਕਰਦੇ ਹੁੰਦੇ ਨੇ, ਤੁਹਾਡੇ ਸਾਹਮਣੇ ਜਿਹੜੇ ਬੰਦੇ ਪਾਰਟੀ ਛੱਡ ਕੇ ਦੂਜੇ ਪਾਸੇ ਆ ਜਾਂਦੇ ਨੇ, ਚਾਹੇ ਉਹ ਹਰਿਆਣੇ ਵਾਲਾ ਕੇਸ ਹੋਇਆ ਹੋਵੇ, ਉਹ ਬੇਚਾਰਾ ਪਾਰਲੀਮੈਂਟ ਮੈਂਬਰਸ਼ਿਪ ਛੱਡ ਕੇ ਆਇਆ, ਉਹਨੂੰ ਟਿਕਟ ਵੀ ਨਹੀਂ ਮਿਲੀ, ਲਿਖ ਕੇ ਸਾਰੇ ਇਹੀ ਦਿੰਦੇ ਨੇ ਮੈਂ ਬਿਨਾਂ ਸ਼ਰਤ ਤੋਂ ਸਮਰਥਨ ਦੇ ਰਿਹਾ। ਮਤਲਬ ਜਿਹੜਾ ਬੰਦਾ ਬਿਨਾਂ ਸ਼ਰਤ ਤੋਂ ਸਮਰਥਨ ਦੇ ਰਿਹਾ, ਇਹਦਾ ਮਤਲਬ ਸ਼ਰਤਾਂ ਦਾ ਲਾ ਕੇ ਆਇਆ। ਇਹ ਚੀਜ਼ ਲਿਖਣ ਦੀ ਲੋੜ ਜੀ ਹੁੰਦੀ ਹੈ, ਬਿਨਾਂ ਸ਼ਰਤ ਤੋਂ ਕਹਿਣ ਦਾ ਮਤਲਬ ਇਹੀ ਹੁੰਦਾ ਵੀ ਕਹਿਣ ਨੂੰ ਬਿਨਾਂ ਸ਼ਰਤ ਹੈ, ਅਦਰਵਾਈਜ਼ ਸਿਆਸਤ ਦੀ ਜਿਹੜੀ ਭਾਸ਼ਾ ਹੁੰਦੀ ਹੈ ਉਹਦੇ ਵਿੱਚ ਇਹ ਹੈ ਵੀ ਸ਼ਰਤਾਂ ਸਾਡੀਆਂ ਤੈਅ ਹੋ ਗਈਆਂ, ਮੈਂ ਤਾਂ ਜੁਆਇਨ ਕਰ ਰਿਹਾ। ਸੋ ਇਸ ਕਰਕੇ ਗਠਬੰਧਨ ਦੇ ਸਾਰੇ ਸੱਜਣਾਂ ਨੇ ਇੱਕ ਵਾਰੀ NDA ਨੂੰ ਬਿਨਾਂ ਸ਼ਰਤ ਤੋਂ ਸਮਰਥਨ ਦਿੱਤਾ। ਇਹਦੇ ਅਰਥ ਹੁਣ ਤੁਸੀਂ ਕੱਢਣੇ ਨੇ ਭਾਈ, ਉਹ ਬਿਨਾਂ ਸ਼ਰਤ ਕਿਹੜਾ ਹੈ? ਬਿਨਾਂ ਸ਼ਰਤ ਤੋਂ ਕੋਈ ਸਮਰਥਨ ਨਾ ਹੋਵੇ ਨਾ ਹੁੰਦਾ। ਤੇ ਮੋਦੀ ਜੀ ਨਾਲ ਉਹ ਵੀ ਇਸੇ ਗੱਲ ਤੇ ਖੜੇ ਨੇ ਵੀ ਨੈਗੋਸ਼ੀਏਟ ਤਾਂ ਉਦੋਂ ਕਰਾਂਗੇ ਭਾਈ ਜਦੋਂ ਤੂੰ ਪ੍ਰਧਾਨ ਮੰਤਰੀ ਬਣੇਗਾ, ਹਾਲੇ ਤਾਂ ਪਤਾ ਨੀ ਤੇਰੀ ਪਾਰਟੀ ਵਾਲੇ ਵੀ ਤੈਨੂੰ ਬਣਾਉਂਦੇ ਨੇ ਕਿ ਨਹੀਂ ਬਣਾਉਂਦੇ, ਹਾਲੇ ਅਸੀਂ ਕਿਉਂ ਵਿਗਾੜੀਏ, ਇਹ ਗੱਲਾਂ ਸਾਰੀਆਂ ਉਦੋਂ ਤੈਅ ਹੋਣਗੀਆਂ। ਸੋ ਮੋਟੇ ਰੂਪ ਦੇ ਵਿੱਚ ਸੁਖਵਿੰਦਰ ਇਹ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਵਿੱਚ ਸਾਰਾ ਕੁਛ ਠੀਕ ਨਹੀਂ ਹੈਗਾ, ਜਿਹੜੇ ਸੰਕੇਤ ਨੇ ਇਹ ਦੱਸਦੇ ਨੇ ਜੀ। ਮੈਂ ਪ੍ਰੋਫੈਸਰ ਸਾਹਿਬ ਆਖਰੀ ਸਵਾਲ ਲਵਾਂਗਾ ਕਿਉਂਕਿ ਸਮਾਂ ਤੁਹਾਡੇ ਕੋਲ ਵੀ ਘੱਟ ਆ, ਕਿ ਇੱਕ ਪਾਸੇ ਤਾਂ ਜਿਹੜੀਆਂ ਸ਼ਰਤਾਂ ਨਿਤੀਸ਼ ਕੁਮਾਰ ਜਾਂ ਨਾਇਡੂ ਸਾਹਿਬ ਹੋਣੀ ਰੱਖ ਰਹੇ ਲੋਕ ਸਭਾ ਦਾ ਸਪੀਕਰ ਬਣਾਉਣਾ ਜਾਂ ਦੁਆਰਾ ਕੋਆਰਡੀਨੇਟਰ ਬਣਾਉਣਾ BJP ਦਾ, ਜਾਂ ਫਿਰ ਜਿਹੜਾ ਮਤਲਬ ਉਹਦੇ ਵਿੱਚ ਹਾਂਜੀ UCC ਦੀ ਗੱਲ ਕਰਨਾ ਤੇ ਅਗਨੀਵੀਰ ਦੀ ਗੱਲ ਕਰਨਾ, ਗ੍ਰਹਿ ਮੰਤਰਾਲੇ ਤੱਕ ਦੀ ਮੰਗ ਕਰਨਾ, ਹੋਰ ਵੀ ਵਿਭਾਗਾਂ ਦੀ ਗੱਲ, ਕੈਬਨਿਟ ਮਿਨਿਸਟਰੀਆਂ ਦੀ ਗੱਲ ਕਰਨਾ, ਰਾਜ ਮੰਤਰੀਆਂ ਦੀ ਗੱਲ ਕਰਨਾ, ਮਤਲਬ ਕਿ ਤਕਰੀਬਨ ਸਾਰੀ ਸਰਕਾਰ ਉਹ ਚਾਹੁੰਦੇ ਨੇ ਚਿਹਰਾ, ਭਾਵੇਂ ਉਹ ਮੇਰੇ ਖਿਆਲ ਚੋਂ ਕਹਿੰਦੇ ਹੋਣਗੇ ਜਿਹਨੂੰ ਮਰਜ਼ੀ ਬਣਾ ਦਿਓ ਮੋਦੀ ਸਾਹਿਬ ਨੂੰ ਬਣਾ ਦਿਓ, ਭਾਵੇਂ ਜਿਹਨੂੰ ਮਰਜ਼ੀ ਬਣਾ ਦਿਓ, ਸਰਕਾਰ ਤਕਰੀਬਨ ਸਾਰੀ ਉਹੀ ਚਲਾਉਣਾ ਚਾਹੁੰਦੇ ਨੇ। ਇਹਨਾਂ ਹਾਲਾਤਾਂ ਦੇ ਵਿੱਚ ਅਸੀਂ ਮਤਲਬ ਕਿ ਕਿਤੇ ਨਾ ਕਿਤੇ ਇਹ ਵੀ ਅੰਦਾਜ਼ਾ ਲਾ ਲਈਏ ਕਿ ਇੰਡੀਆ ਗੱਠਜੋੜ ਦੇ ਵਾਲੇ ਪਾਸੇ ਵੀ ਇਹ ਸਾਰਾ ਕੁਝ ਜਾ ਸਕਦਾ। ਤੇ ਦੂਜੀ ਗੱਲ ਨਾਲ ਇਹ ਵੀ ਆ ਜੋ ਮੈਂ ਮਤਲਬ ਕਿ ਦੇਖ ਰਿਹਾ ਸੀਗਾ ਅੰਕੜੇ, ਕਿ ਇਹਨਾਂ ਨੇ ਕਿਸੇ ਵੀ ਪਾਰਟੀ ਨੂੰ ਨਹੀਂ ਛੱਡਿਆ ਜਿੰਨਾ ਚਿਰ ਸੱਤਾ ਦੇ ਵਿੱਚ ਰਹੇ, JJP ਤੋਂ ਲੈ ਕੇ ਹਰਿਆਣਾ ਉਹਨਾਂ ਦਾ ਕੀ ਹਾਲ ਹੋਇਆ, ਮਹਿਬੂਬਾ ਮੁਫਤੀ ਦਾ ਵੇਖ ਲਓ, ਇੱਧਰ ਅਕਾਲੀ ਦਲ ਵਾਲਿਆਂ ਦਾ ਵੇਖ ਲਓ, ਉੱਧਰ ਮਾਇਆਵਤੀ ਦਾ ਵੇਖ ਲਓ, ਹੋਰ ਵੀ ਜਿੰਨੇ ਮੈਂ ਨੋਟ ਕਰ ਰਿਹਾ ਸੀਗਾ ਕਿ ਜੇ ਗਿਣਤੀ ਕਰਨ ਲੱਗੋ ਤਾਂ ਬਹੁਤ ਪਾਰਟੀਆਂ ਨੇ ਆ, ਤੇਲਗੂ ਦੇਸਮ ਵਾਲਿਆਂ ਦਾ ਇਹਨਾਂ ਦਾ ਹੀ, ਨਾਇਡੂ ਸਾਹਿਬ ਦਾ ਦੇਖ ਲਓ, ਸ਼ਰਦ ਯਾਦਵ, ਉਧਵ ਸਾਹਿਬ ਹੋਰਾਂ ਦਾ ਦੇਖ ਲਓ, ਮਤਲਬ ਕੋਈ ਛੱਡਿਆ ਹੀ ਨੀ ਇਹਨਾਂ ਨੇ ਜਿਹਦੀਆਂ ਲੱਤਾਂ ਨਾ ਖਿੱਚੀਆਂ ਹੋਣ ਜਾਂ ਜਿਹਨੂੰ ਮਤਲਬ ਕਿ ਖਤਮ ਕਰਨ ਦੀ ਕੋਸ਼ਿਸ਼ ਨਾ ਕੀਤੀ ਹੋਵੇ। ਇਹਨਾਂ ਹਾਲਾਤਾਂ ਚ ਕੀ ਇਹਨਾਂ ਨੂੰ ਚਾਹੀਦਾ ਹੈ ਕਿ ਇਹ BJP ਦੇ ਨਾਲ ਹੀ ਰਹਿਣ ਜਾਂ ਮੋਦੀ ਤੇ ਅਮਿਤ ਸ਼ਾਹ ਹੋਰਾਂ ਦੀ ਜੋੜੀ ਦੇ ਨਾਲ ਹੀ ਰਹਿਣ? ਦੇਖੋ ਉਹਨਾਂ ਨੇ ਕਿੱਥੇ ਰਹਿਣਾ ਹੈ ਇਹ ਉਹਨਾਂ ਨੇ ਤਲਾਸ਼ਣਾ ਹੈ। ਮੇਰੇ ਖਿਆਲ ਮੁਤਾਬਕ ਉਹਨਾਂ ਲਈ ਇਹ ਬਹੁਤ ਵੱਡੀ ਓਪਰਚੁਨਿਟੀ ਹੈ। ਹੁਣ ਉਹਨਾਂ ਨੂੰ ਜੋ ਮੰਗਣਗੇ ਉਹ ਕੁਛ ਦੇਣਾ ਪਊਗਾ ਜੇ BJP ਨੇ ਸਰਕਾਰ ਬਣਾਉਣੀ ਹੈ, ਨਹੀਂ BJP ਦੀ ਸਰਕਾਰ ਨਹੀਂ ਬਣਨੀ।
ਇਹ ਇਹ ਸਾਰੇ ਦਾ ਫੈਸਲਾ ਕਿਵੇਂ ਹੋ ਸਕਦਾ ਹੈ? ਇਹ ਫੈਸਲਾ ਤਾਂ ਹੋ ਸਕਦਾ ਹੈ ਜਾਂ ਤੇ ਮੋਦੀ ਜੀ ਅਮਿਤ ਸ਼ਾਹ ਸੱਤਾ ਤਿਆਗ ਦੇਣ ਵੀ ਅਸੀਂ ਆਪੋਜੀਸ਼ਨ ਚ ਬੈਠਾਂਗੇ, ਪਰ ਇਹ ਗੱਲ ਯਾਦ ਰੱਖਣ ਦੁਬਾਰਾ ਪ੍ਰਧਾਨ ਮੰਤਰੀ ਨਹੀਂ ਬਣਨਾ ਪੈਣਾ। ਮਤਲਬ ਜੇ ਮੋਦੀ ਜੀ ਚਾਹੁਣ ਨਾ ਵੀ 5 ਸਾਲਾਂ ਬਾਅਦ ਪ੍ਰਧਾਨ ਮੰਤਰੀ ਮੈਂ ਬਣ ਜੂੰਗਾ, ਇਹ ਨਹੀਂ ਬਣਨਾ। ਹਾਂ, ਜੇ ਉਹ ਪਾਰਟੀ ਦੇ ਹਮਦਰਦ ਹੋਣ ਤਾਂ 5 ਸਾਲਾਂ ਬਾਅਦ ਬੀਜੇਪੀ ਦੁਆਰਾ ਬਹੁ ਗਿਣਤੀ ਜਾ ਸਕਦੀ ਹੈ ਜੇ ਉਹਨਾਂ ਦੀ ਜਿਹੜੀ ਆਹ ਵਾਲੀ ਵਕਤੀ ਲੀਡਰਸ਼ਿਪ ਹੈ ਇਹ ਪਿੱਛੇ ਹਟ ਜੇ ਤੇ ਉਹ ਨਵੀਂ ਲੀਡਰਸ਼ਿਪ ਸੰਘਰਸ਼ ਕਰੇ। ਇਹ ਬਿਲਕੁਲ ਤੁਹਾਡੀ ਗੱਲ ਸਹੀ ਹੈ, ਪਰੰਤੂ ਏਦਾਂ ਇਹਨਾਂ ਨੇ ਕਰਨਾ ਨਹੀਂ, ਕਿਉਂਕਿ ਇਹਨਾਂ ਨੂੰ ਜਿਹੜਾ ਉਹ ਡਰ ਹੈ, ਜਿਹੜੀਆਂ ਕੁਤਾਹੀਆਂ ਕੀਤੀਆਂ ਨੇ ਨਾ ਸੱਤਾ, ਪਹਿਲਾਂ ਉਹ ਕਹਿੰਦੇ ਨੀ ਹੁੰਦੇ ਨਾ ਵੀ ਬੰਦਾ ਕੋਈ ਡੁੱਬਣ ਲੱਗਿਆ ਸੀ ਉਹਦੇ ਕੰਬਲ ਲਿਆ ਹੋਇਆ ਸੀ, ਉਹ ਕੰਬਲ ਪਾਣੀ ਨਾਲ ਭਾਰੀ ਹੋ ਗਿਆ, ਉਹਨੂੰ ਕੋਈ ਵਿਅਕਤੀ ਕਹਿੰਦਾ ਕੰਬਲ ਛੱਡ ਦੇ, ਉਹ ਕਹਿੰਦਾ ਹੁਣ ਕੰਬਲ ਨੀ ਮੈਨੂੰ ਨੀ ਛੱਡ ਰਿਹਾ, ਪਹਿਲਾਂ ਕੰਬਲ ਮੈਂ ਨੀ ਛੱਡ ਰਿਹਾ, ਹੁਣ ਕੰਬਲ ਮੈਂ ਛੱਡਣ ਨੂੰ ਤਿਆਰ ਹਾਂ ਪਰ ਮੈਨੂੰ ਕੰਬਲ ਨੀ ਛੱਡ ਰਿਹਾ। ਸੋ ਹੁਣ ਸਿਚੁਏਸ਼ਨ ਇਹਨਾਂ ਦੀ ਇਹ ਬਣ ਗਈ, ਜੋ ਕੁਛ ਗੁੱਲ ਖਿਲਾਰੇ ਹੋਏ ਨੇ ਨਾ ਉਹਦੇ ਵਿੱਚੋਂ ਹੁਣ ਇਹਨਾਂ ਨੂੰ ਆਪ ਦਾ ਡਰ ਹੈ ਜਿਹੜਾ ਉਹ ਸੱਤਾ, ਮਤਲਬ ਇੱਥੇ ਆ ਕੇ ਹੁਣ ਤੁਹਾਨੂੰ ਸਮਝ ਆ ਰਿਹਾ ਨਾ ਮਨਮੋਹਨ ਸਿੰਘ ਤੇ ਮੋਦੀ ਦਾ ਕੀ ਫਰਕ ਹੈ। ਮਤਲਬ ਇਹ ਜਿਹੜਾ ਮਨਮੋਹਨ ਸਿੰਘ ਨੇ ਕਦੇ ਕਿਹਾ ਵੀ ਹਮ ਤੋਂ ਫਕੀਰ ਹੈ ਝੋਲਾ ਲੈ ਕੇ ਚਲੇ ਜਾਏਂਗੇ, ਹੁਣ ਇਹ ਕਹਿੰਦੇ ਕਹਿੰਦੇ ਸੀ ਵੀ ਝੋਲਾ ਲੈ ਕੇ ਚਲੇ ਜਾਏਂਗੇ, ਉਹ ਜਿਹੜਾ ਡਰ ਹੈ ਅੰਦਰਲਾ ਨਾ ਉਹ ਝੋਲਾ ਲੈ ਕੇ ਜਾਣ ਨਹੀਂ ਦੇ ਰਿਹਾ। ਕਿਉਂ? ਮੈਂ ਇੱਥੇ ਓਪਨਲੀ ਕਹਿ ਦਿੰਦਾ, ਜਿਹੜਾ ਉਹ ਇਲੈਕਟ੍ਰੋਨਲ ਬੌਂਡ ਜਿਹਦਾ ਪੈਸਾ ਆਇਆ ਹੋਇਆ ਹੈ, ਜਿਹੜਾ ਪਾਰਲੀਮੈਂਟ ਕੇਅਰ ਦੇ ਵਿੱਚ ਫੰਡ ਆਇਆ ਹੋਇਆ ਹੈ, ਜਿਸ ਕਿਸਮ ਨਾਲ ਅਡਾਨੀ ਦੇ ਸ਼ੇਅਰ ਗਿਰ ਰਹੇ ਨੇ, ਹੁਣ ਅਡਾਨੀ ਵੀ ਤਾਂ ਕਹੂਗਾ ਨਾ ਵੀ ਹੁਣ ਮੇਰਾ ਕੀ ਬਣੂਗਾ ਮੋਤੀਆਂ ਵਾਲਿਓ, ਜਿਹੜੇ ਇੰਨੇ ਦਿੱਤੇ ਨੇ ਤੈਨੂੰ ਉਹਦਾ ਕੀ ਕਰੀਏ। ਉਹ ਕੰਬਲ ਨੀ ਛੱਡ ਰਿਹਾ, ਕੋਈ ਡਾਂਡੋਲ ਵਾਲੇ ਦੀ ਗੱਲ ਨੀ ਹੁੰਦੀ, ਉਹ ਕੰਬਲ ਨੀ ਛੱਡ ਰਿਹਾ ਜਿਹੜਾ ਜਿਹੜਾ ਜਿਹੜੇ ਉਸ ਤਰ੍ਹਾਂ ਤੋਂ ਉਲਟੀ ਪੁਲਟੀ ਮਦਦ ਲਈ ਹੈ ਕੋਈ ਏਜੰਸੀ ਵਾਲਿਆਂ ਤੋਂ, ਕੋਈ ਕਮਿਸ਼ਨ ਵਾਲਿਆਂ ਤੋਂ, ਹੁਣ ਉਹ ਵੀ ਤਾਂ ਪੈਰ ਫੜੀ ਬੈਠੇ ਹੋਣੇ ਵੀ ਮੋਤੀਆਂ ਵਾਲੇ ਦੇਖੋ ਪਾਸੇ ਹੋ ਜਾਓ, ਸਾਡਾ ਗੁੱਸਾ ਨੀ ਰਹਿਣਾ ਜੇ ਤੁਸੀਂ ਪਾਸੇ ਹੋ ਗਏ, ਠੀਕ ਹੈ ਕਿ ਨਹੀਂ? ਇਹ ਇਹ ਸਮਾਂ ਬੜਾ ਔਖਾ ਹੁੰਦਾ ਹੈ। ਇਹ ਇਹ ਮੈਂ ਤੈਨੂੰ ਇੱਕ ਲਾਸਟ ਗੱਲ ਪੰਜਾਬੀ ਦੇ ਮੁਹਾਵਰੇ ਨਾਲ ਮੈਂ ਕਲੋਜ਼ ਕਰਦਾ, ਹੁਣ ਨਿਤੀਸ਼ ਤੇ ਨਾਇਡੂ ਹੋਣੀ ਬਿਲਕੁਲ ਉਸ ਗੱਲ ਚ ਆ ਗਏ। ਪੰਜਾਬੀ ਚ ਇੱਕ ਮੁਹਾਵਰਾ ਹੈ ਕਿ ਇੱਕ ਪਤਨੀ ਕਹਿੰਦੀ ਆਪਦੇ ਪਤੀ ਨੂੰ, ਕਹਿੰਦੀ ਮੈਂ ਨੀ ਤੇਰੇ ਰਹਿੰਦੀ। ਉਹ ਕਹਿੰਦਾ ਕਿਉਂ ਨੀ ਰਹਿੰਦੀ, ਵੀ ਕੋਈ ਰੈਸ਼ਨਲ ਗੱਲ ਕਰ, ਦਲੀਲ ਦੇ। ਕਹਿੰਦੀ ਜਦੋਂ ਤੂੰ ਰੋਟੀ ਖਾਂਦਾ ਤੇਰੀ ਦਾੜੀ ਹਲਦੀ ਹੈ, ਇਹਨੂੰ ਹਲਣ ਨੂੰ ਹਟਾ ਲੈ ਫਿਰ ਮੈਂ ਤੇਰੇ ਰਹਿ ਜੂੰਗੀ। ਏਦਾਂ ਦੀਆਂ ਸ਼ਰਤਾਂ ਲਾਉਣਗੇ ਤੇ ਉਹ ਦੋਨੇ ਖਿਲਾੜੀ ਨੇ, ਕੋਈ ਏਦਾਂ ਦੀ ਗੱਲ ਨੀ ਹੈਗੀ। ਮਤਲਬ ਉਹਨਾਂ ਨੂੰ ਵੀ ਸਿਆਸਤ ਕਰਨੀ ਆਉਂਦੀ ਹੈ, ਉਹ ਕੇਂਦਰੀ ਸਿਆਸਤ ਚ ਪਹਿਲਾਂ ਰਹਿ ਚੁੱਕੇ ਨੇ, ਉਹ ਕਈ ਵਾਰ ਮੁੱਖ ਮੰਤਰੀ ਰਹਿ ਚੁੱਕੇ ਹੈ, ਤੇ ਬੜੀ ਦੂਜਾ ਇਹ ਹੈ ਦੋਨੇ ਵਿਅਕਤੀਆਂ ਤੇ ਉਹਨਾਂ ਦਾ ਹਾਲੇ ਵੀ ਕੋਈ ਉਮੀਦ ਹੈ, ਨਾਇਡੂ ਦਾ ਤਾਂ ਫਿਰ ਵੀ ਕੁਛ ਹੈ, ਤੇ ਨਿਤੀਸ਼ ਜੀ ਦੀ ਪੁਜੀਸ਼ਨ ਇਹ ਹੈ ਕਿ ਜਿੰਨੀ ਨਿਤੀਸ਼ ਜੀ ਦੀ ਪਲਟੀ ਮਾਰ ਦੇ ਤੌਰ ਤੇ ਮਸ਼ਹੂਰੀ ਹੋ ਗਈ ਸੀ, ਮੇਰੇ ਖਿਆਲ ਮੁਤਾਬਕ ਜੇਕਰ ਇਹ ਸਥਿਤੀ ਚ ਉਹ ਠੀਕ ਆਪਦੇ ਆਪ ਨੂੰ ਕੰਡਕਟ ਕਰ ਗਏ, ਉਸ ਤੋਂ ਕਈ ਗੁਣਾ ਇੱਜ਼ਤ ਵਧਾ ਲੈਣਗੇ ਆਪਦੀ, ਕਿਉਂਕਿ ਉਹ ਰਿਟਾਇਰਮੈਂਟ ਦੇ ਐਂਡ ਤੇ ਬੈਠੇ ਨੇ, ਕੋਈ ਉਹਦਾ ਮਿਲੇ ਜਾਂ ਨਾ ਮਿਲੇ, ਇਹ ਜਿਹੜੇ ਬੰਦੇ ਜੇ ਪਰਵਾਹ ਨਾ ਕਰੋ ਤੁਸੀਂ, ਮਤਲਬ ਇੰਨੇ ਮਾਣ ਸਤਿਕਾਰ ਨਾਲ ਤੁਸੀਂ ਸਿਆਸਤ ਚੋਂ ਨਿਕਲੋ। ਕਰਪੂਰੀ ਠਾਕਰ ਥੋੜੀ ਜਿਹੀ ਦੇਰ ਬਿਹਾਰ ਦੇ ਮੁੱਖ ਮੰਤਰੀ ਰਹੇ ਨੇ, ਮੋਦੀ ਜੀ ਨੇ ਹੱਥ ਬੰਨ ਕੇ ਉਹ ਦਿੱਤਾ ਉਹਨਾਂ ਨੂੰ ਸਨਮਾਨ, ਠੀਕ ਹੈ ਕਿ ਨਹੀਂ? ਸੋ ਇਸ ਕਰਕੇ ਇਹ ਜ਼ਰੂਰੀ ਨਹੀਂ ਹੁੰਦਾ ਕਿ ਸਾਰਾ ਕੁਛ ਏਦਾਂ ਤਾਕਤ ਚ ਮਿਲਦਾ, ਮਾਣ ਸਤਿਕਾਰ ਹੈ ਜਿਹੜਾ ਉਹ ਵੀ ਬਹੁਤ ਵੱਡੀ ਚੀਜ਼ ਹੈ, ਔਰ ਉਹਨਾਂ ਕੋਲ ਬਹੁਤ ਵੱਡੀ ਓਪਰਚੁਨਿਟੀ ਹੈ।
ਮਤਲਬ ਨਿਤੀਸ਼ ਜੀ ਤਾਂ ਮੈਂ ਤੁਹਾਨੂੰ ਇੱਕ ਪੁਰਾਣੀ ਗੱਲ ਦੱਸਦਾ ਕਿ 1977 ਦੇ ਵਿੱਚ ਜਦੋਂ ਉਹ ਆਈ ਜਨਤਾ ਪਾਰਟੀ ਉਸ ਜ਼ਮਾਨੇ ਦੀ, ਉਸ ਤੋਂ ਪਹਿਲਾਂ ਜਦੋਂ ਆਪਣੇ ਇੱਕ ਬੀਬੀਗਿਰੀ ਰਾਸ਼ਟਰਪਤੀ ਬਣੇ ਸੀ, ਇੰਦਰਾ ਗਾਂਧੀ ਨੇ ਪਾਰਟੀ ਦਾ ਕੈਂਡੀਡੇਟ ਉਹਨਾਂ ਦਾ ਸੀਗਾ ਨੀਲਮ ਸੰਜੀਵਾ ਰੈਡੀ ਕਾਂਗਰਸ ਪਾਰਟੀ ਦਾ। ਇੰਦਰਾ ਗਾਂਧੀ ਨੇ ਮੋਦੀ ਵਾਲਾ ਕੰਮ ਕਰਕੇ, ਪਰਸਨੈਲਿਟੀ ਸੀ ਨਾ, ਮੋਦੀ ਵਾਲਾ ਕੰਮ ਕਰਕੇ ਪਾਰਟੀ ਦਾ ਕੈਂਡੀਡੇਟ ਹਰਵਾਤਾ ਤੇ ਆਪਦਾ ਕੈਂਡੀਡੇਟ ਬੀਬੀਗਿਰੀ ਰਾਸ਼ਟਰਪਤੀ ਬਣਾ ਲਿਆ। ਤੇ ਮੁੜ ਕੇ ਜਦੋਂ ਨੀਲਮ ਸੰਜੀਵਾ ਰੈਡੀ ਦਾ ਦਾਅ ਭਰਿਆ ਨਾ, ਜਨਤਾ ਪਾਰਟੀ ਸੱਤਾ ਚ ਆਈ, ਫਿਰ ਜਨਤਾ ਪਾਰਟੀ ਨੇ ਨੀਲਮ ਸੰਜੀਵਾ ਰੈਡੀ ਨੂੰ ਬਣਾਇਆ ਰਾਸ਼ਟਰਪਤੀ, ਉਹ ਵੀ ਬਣੀ। ਸੋ ਇਸ ਕਰਕੇ ਇਹ ਜਿਹੜਾ ਸਤਿਕਾਰ ਹੈ ਨਾ, ਇਹ ਕਦੇ ਕਦੇ ਮਿਲਦਾ ਹੈ। ਨਿਤੀਸ਼ ਜੀ ਤਾਂ ਹੋ ਸਕਦਾ ਹੈ ਪ੍ਰਧਾਨ ਮੰਤਰੀ ਜਾਂ ਉਪ ਪ੍ਰਧਾਨ ਮੰਤਰੀ, ਉਹਨੂੰ ਇੰਡੀਆ ਅਲਾਇੰਸ ਚ ਵੀ ਬਣ ਜਾਣ, ਨਾ ਵੀ ਬਣਨ, ਹੋ ਸਕਦਾ ਰਾਸ਼ਟਰਪਤੀ ਬਣ ਜਾਣ। ਮਤਲਬ ਜੇ ਇੱਥੇ ਉਹ ਆਪਦੀ ਇੱਜ਼ਤ ਕਮਾ ਗਏ ਤਾਂ ਮਤਲਬ ਉਹਨਾਂ ਦੀ ਜਿਹੜੀ ਰਿਟਾਇਰਮੈਂਟ ਹੋਊਗੀ ਨਾ, ਬਹੁਤ ਸਨਮਾਨਜਨਕ ਹੋਊਗੀ, ਤੇ ਇਹਨਾਂ ਦੀ ਰਿਟਾਇਰਮੈਂਟ ਅਪਮਾਨਜਨਕ ਹੋ ਰਹੀ ਹੈ। ਸਰਦਾਰ ਮਨਮੋਹਨ ਸਿੰਘ ਸੱਤਾ ਤੋਂ ਬਾਹਰ ਚਲੇ ਗਏ, ਪ੍ਰਧਾਨ ਮੰਤਰੀ ਛੱਡ ਗਏ, ਕਿਤੇ ਲੋੜ ਹੋਵੇ ਤਾਂ ਮਾੜਾ ਮੋਟਾ ਬੋਲਦੇ ਨੇ, ਤੁਸੀਂ ਉਹਨਾਂ ਦੀ ਕਦੇ ਉਸ ਏਦਾਂ ਦੀ ਬਦਨਾਮੀ ਸੁਣੀ ਹੈ? ਇਹਨਾਂ ਦਾ ਤੁਸੀਂ ਦੇਖਣਾ ਹੁਣ ਹਾਲ ਕੀ ਹੈ। ਸੋ ਇਸ ਕਰਕੇ ਕੁਦਰਤ ਵੱਲੋਂ ਮੈਨੂੰ ਇਹ ਲੱਗਦਾ ਹੈ ਕਿ ਇਹਨਾਂ ਨੂੰ ਵੱਡਾ ਸਬਕ ਸਿਖਾਇਆ ਗਿਆ, ਤੇ ਇਹਨਾਂ ਨੂੰ ਕੋਈ ਕੁਛ ਕਵੇ ਜਾਂ ਨਾ ਕਵੇ ਮੈਨੂੰ ਪਤਾ ਨਹੀਂ, ਲੇਕਿਨ ਇਹਨਾਂ ਨੂੰ ਆਪਦਾ ਡਰ ਮਾਰ ਰਿਹਾ ਵੀ ਅਸੀਂ ਕਿਸੇ ਨਾਲ ਘੱਟ ਨਹੀਂ ਕਰੀ, ਸਾਡੇ ਨਾਲ ਕੋਈ ਘੱਟ ਕਿਉਂ ਕਰੇਗਾ। ਇਹ ਮੇਰੇ ਖਿਆਲ ਮੁਤਾਬਕ ਇਹਨਾਂ ਨੂੰ ਸੱਤਾ ਤੋਂ ਦੂਰ ਨਹੀਂ ਹੋਣ ਦੇ ਰਿਹਾ, ਤੇ ਇਹਨਾਂ ਨੂੰ ਹਾਲੇ ਵੀ ਲੱਗੀ ਜਾਂਦਾ ਹੈ, ਗ੍ਰੇਸ ਨਹੀਂ ਦਿਖਾ ਰਹੇ ਇਹ। ਬਹੁਤ ਕਿਹਾ ਜਾਂਦਾ ਸਿਆਸਤ ਦੇ ਵਿੱਚ ਇਹ ਕਿ ਸਿਆਸਤ ਦੀ ਕੁਰਸੀ ਨੂੰ ਜਿੰਨਾ ਠੁਕਰਾਓ ਇਹ ਤੁਹਾਡੇ ਪਿੱਛੇ ਭੱਜ ਆਉਂਦੀ ਹੈ, ਜਿੰਨਾ ਇਹਦੇ ਪਿੱਛੇ ਭੱਜੋ ਇਹ ਅੱਗੇ ਭੱਜਣਾ ਸ਼ੁਰੂ ਹੋ ਜਾਂਦੀ ਹੈ। ਸੋ ਸਿਆਸਤ ਦੀ ਚੇਅਰ ਏਦਾਂ ਦੀ ਹੈ, ਇਹਦਾ ਇਸ ਤਰ੍ਹਾਂ ਦਾ ਵਰਤਾਂਤ ਹੈ, ਦੇਖੋ ਕਿੱਥੇ ਕੁ ਤੱਕ ਜਾਂਦਾ ਹੈ। ਦੋ ਤਿੰਨ ਦਿਨਾਂ ਚ ਹੋਰ ਪੋਜੀਸ਼ਨ ਕਲੀਅਰ ਹੋ ਜਾਏਗੀ, ਪਰੰਤੂ ਇਹ ਹੈ ਕੰਡਿਆਂ ਦੀ ਸੇਜ ਹੈ। ਜੇ ਮੋਦੀ ਜੀ ਪ੍ਰਧਾਨ ਮੰਤਰੀ ਬਣ ਜਾਣਗੇ ਨਾ, ਨਾ 36 ਇੰਚ ਦਾ ਸੀਨਾ ਰਹੂਗਾ, ਨਾ ਗੰਗਾਵਾਂ ਦੇ ਪੁੱਤਰ ਰਹਿਣਗੇ, ਨਾ ਭਗਵਾਨ ਰਹਿਣਗੇ, ਨਾ ਮੋਦੀ ਦੀ ਗਰੰਟੀ ਹੋਏਗੀ। ਪਰਸੋਂ ਦਾ ਜਾਪ ਕਰ ਰਿਹਾ ਹੁਣ NDA ਕੀ ਸਰਕਾਰ, NDA ਹੁਣ ਬੀਜੇਪੀ ਦੀ ਸਰਕਾਰ ਵੀ ਨਹੀਂ ਕਹਿੰਦੇ, ਪਹਿਲਾਂ ਕਹਿੰਦਾ ਹੁੰਦਾ ਸੀ ਮੋਦੀ ਦੀ ਸਰਕਾਰ, ਹੁਣ ਉਹ ਕਹਿੰਦਾ NDA ਦੀ ਸਰਕਾਰ, NDA ਦੀ ਮੈਜੋਰਿਟੀ। ਸੋ ਇਸ ਕਰਕੇ ਸਥਿਤੀ ਪਲਟਦੀ ਨੂੰ ਬਾਹਲਾ ਦੇਰ ਨਹੀਂ ਲੱਗਦੀ। ਮੈਨੂੰ ਜੋ ਲੱਗ ਰਿਹਾ ਮੋਦੀ ਦੇ ਕੇਸ 'ਚ ਤਾਂ ਸਥਿਤੀ ਪਲਟ ਗਈ। ਜੇ ਮੋਦੀ ਜੀ ਚਾਹੁੰਦੇ ਨੇ ਬੀਜੇਪੀ ਨੂੰ ਬਚਾਉਣਾ ਤਾਂ ਬੀਜੇਪੀ ਤਾਂ ਬਚ ਸਕਦੀ ਹੈ, ਜੇ ਮੋਦੀ ਜੀ ਆਪਣੀ ਸ਼ਹੀਦੀ ਦੇ ਦੇਣ। ਹੁਣ ਇਹ ਉਹਨਾਂ ਨੇ ਦੇਖਣਾ ਹੈ ਕਿ ਪਾਰਟੀ ਵੱਡੀ ਹੈ ਕਿ ਮੋਦੀ ਜੀ ਵੱਡੇ ਨੇ। ਜੀ ਜੀ ਸ਼ੁਕਰੀਆ ਪ੍ਰੋਫੈਸਰ ਸਾਹਿਬ, ਬਹੁਤ ਧੰਨਵਾਦ ਤੁਹਾਡਾ, ਥੈਂਕ ਯੂ। ਸੋ ਇਸ ਵਰਤਾਰੇ ਤੋਂ ਇੰਨਾ ਘੱਟੋ ਘੱਟ ਇਕੱਲਾ ਬੀਜੇਪੀ ਦੇ ਲਈ ਨਹੀਂ, ਇਹ ਸਾਰੀਆਂ ਤਮਾਮ ਸਿਆਸੀ ਧਿਰਾਂ, ਤਮਾਮ ਉਹ ਲੋਕ ਜਿਹੜੇ ਤਾਨਾਸ਼ਾਹੀ ਨਾਲ ਰਾਜ ਕਰਨਾ ਚਾਹੁੰਦੇ ਨੇ, ਉਹਨਾਂ ਲਈ ਵੀ ਸਿਰਿਆ ਕਿ ਅੱਤ ਤੋਂ ਅੰਤ ਦੇ ਵਿੱਚ ਕੋਈ ਬਹੁਤਾ ਫਰਕ ਨਹੀਂ। ਉਹ ਭਾਵੇਂ ਅਸੀਂ ਕੋਮਨ ਮੈਨ ਹੋਈਏ, ਸਾਨੂੰ ਵੀ ਇਹ ਚੀਜ਼ਾਂ ਤੋਂ ਸਬਕ ਲੈਣਾ ਚਾਹੀਦਾ ਕਿ ਸਿਆਸਤ ਦੇ ਵਿੱਚ ਜਾਂ ਨਿੱਜੀ ਜ਼ਿੰਦਗੀ ਦੇ ਵਿੱਚ ਜਾਂ ਕੁਦਰਤ ਦੇ ਜੋ ਵਰਤਾਰੇ ਨੇ, ਜੋ ਪਰਮਾਤਮਾ ਦੇ ਨਿਯਮ ਨੇ, ਉਹ ਉਸੇ ਢੰਗ ਨਾਲ ਚੱਲਦੇ ਨੇ। ਹਾਂ ਇਹ ਹੈ ਕਿ ਸੰਘਰਸ਼ ਕਰਨਾ ਪੈਂਦਾ, ਲੜਨਾ ਪੈਂਦਾ, ਟੱਕਰ ਲੈਣੀ ਪੈਂਦੀ ਹੈ ਸੰਵਿਧਾਨ ਦੇ ਨਾਂ ਦੇ ਉੱਤੇ, ਲੋਕਤੰਤਰ ਦੇ ਨਾਂ ਦੇ ਉੱਤੇ, ਜੋ ਸਾਡੇ ਮੁਲਕ ਦੇ ਵਿੱਚ ਚੱਲਿਆ ਉਹ ਅਸੀਂ ਤੁਸੀਂ ਸਭ ਨੇ ਦੇਖਿਆ। ਵਿਚਾਰ ਕਮੈਂਟ ਕਰੋ, ਧੰਨਵਾਦ।